जस्टी भी देख रहे हो तुसी, मैं के पी सिंह टू द पॉइंट तुहाडा सौदा स्वागत करता। पंजाब दे विच सब कुछ है जिहड़ा टारगेट है 2022 नूं कीता जा रहा, उस नूं लैके कोई मार्च करता पिया, कोई रैलियां करता पिया, कोई मुजाहरे करता पिया, पर इस सब दे विचाले सारी आपदे आपदे मैनेजमेंट विच लग गए। पता नहीं क्यों मुद्दे सारे भुलते जा रहे हैं, तो इन्होंने मुद्दे के विचाले मैनेजमेंट की जा रही है, मैनेजमेंट आपदे आपदे तरीके की जा रही है। कोई यह लभदा पाया कि मुख्यमंत्री का चेहरा किहड़ा होवे साडा, कोई यह लभदा पाया कि सोशल मीडिया से मैनेज किवें किया जाए, कोई यह लभदा पाया कि इस पोलीटिकल मूवमेंट नूं मैनेजमेंट करन वाला किहड़ा शख्स है जिहड़ा वो अगे रखा जाए, जिहड़ा कि नवे नवे नारे लैके आए। यह सब कुछ हुणे तो शुरू हो चुक्या, पर इस सब दे विचाले सब तो वड्डा नारा इस वक्त है किसान का। वो किसान का नारा प्यारा भी है ते न्यारा भी है, पर सियासत नूं एक किसान दा नारा किन्ना प्यारा किन्ना न्यारा लगता है, सवाल अपने आप विच वड्डा हैगा, क्योंकि सियासत किसान संघर्ष विच फसी हुई जापती हुई महसूस करती पई है। ते असीं इक्को सवाल पुछना, इस किसान संघर्ष दे विचाले पंजाब विच कौन की करेगा मैनेज। ਵੱਡਾ ਸਵਾਲ ਇਸ ਡਿਬੇਟ ਵਿੱਚ ਅਸੀਂ ਇਹ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਕਿ ਕਿਸਾਨ ਸੰਘਰਸ਼ ਵਿੱਚ ਕਿਹੜੀ ਸਿਆਸਤ ਕੋਲੇ ਪੰਜਾਬ ਲਈ 2022 ਦਾ ਪਲਾਨ ਕੀ ਹੈ। ਇਸ ਸਵਾਲ ਤੇ ਬਹਿਸ ਹੋਵੇਗੀ, ਪੈਨਲ ਸਾਡੇ ਨਾਲ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਹੇ ਹਾਂ ਅਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਾਂਗੇ। ਡਾਕਟਰ ਪਹਿਲਾ ਗਰਗ ਐਕਟੀਵਿਸਟ ਨੇ, ਡਾਕਟਰ ਪਹਿਲਾ ਗਰਗ ਇਹਨਾਂ ਸਾਰੀਆਂ ਪਾਰਟੀਆਂ ਨੂੰ ਬਹੁਤ ਚੰਗੀ ਤਰ੍ਹਾਂ ਦੇਖਦੇ ਆ ਅਤੇ ਗਰਾਊਂਡ 'ਤੇ ਉਹਨਾਂ ਮੁੱਦਿਆਂ ਦਾ ਜਾ ਕੇ ਜ਼ਿਕਰ ਵੀ ਕਰਦੇ ਆ, ਜਦੋਂ ਪਿੰਡ ਪਿੰਡ ਜਾਂਦੇ ਆ, ਪਿੰਡ ਬਚਾਓ ਪੰਜਾਬ ਬਚਾਓ ਮੁਹਿੰਮ ਛੇੜਦੇ ਆ, ਉਦੋਂ ਮੁੱਦਿਆਂ ਦਾ ਜ਼ਿਕਰ ਕਰਦੇ ਆ ਅਤੇ ਸਿਆਸਤ ਨੂੰ ਉਹਨਾਂ ਮੁੱਦਿਆਂ ਬਾਰੇ ਕਿੰਨੀ ਸਮਝ ਹੈ ਕਿ ਇਹ ਨਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਪਹਿਲਾ ਗਰਗ ਸਾਬਕਾ ਰਜਿਸਟਰਾਂ ਨੇ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ। ਡਾਕਟਰ ਗਰਗ ਬਹੁਤ ਸਵਾਗਤ ਹੈ ਸਰ ਤੁਹਾਡਾ। ਸੁਦੇਵ ਸਿੰਘ ਰੋਪੜ ਕਾਂਗਰਸ ਦੇ ਬੁਲਾ ਰਹੇ ਆ ਅਤੇ ਜਿਹੜੇ ਮੁਲਾਜ਼ਮ ਵਰਗ ਹੈ ਉਹਨਾਂ ਦੇ ਮੰਗਾਂ ਦੀ ਗੱਲ ਕਰਦੇ ਰਹਿੰਦੇ, ਹਮੇਸ਼ਾ ਬਿਜਲੀ ਮੁੱਦਿਆਂ ਦਾ ਜ਼ਿਕਰ ਕਰਦੇ ਰਹਿੰਦੇ ਆ, ਪਰ ਇਹਨਾਂ ਦੀ ਪਾਰਟੀ ਨੂੰ ਉਹਨਾਂ ਮੁੱਦਿਆਂ ਦਾ ਕਿੰਨਾ ਫਿਕਰ ਹੈ ਅਤੇ ਕਿੰਨਾ ਜ਼ਿਕਰ ਹੁੰਦਾ ਉਸ ਪਾਰਟੀ ਵਿੱਚ, ਇਹ ਸਵਾਲ ਇਹਨਾਂ ਤੋਂ ਪੁੱਛਿਆ ਜਾਵੇਗਾ, ਕਿਉਂਕਿ ਇਹ ਵੀ ਮੈਨੇਜਮੈਂਟ ਵਿੱਚ ਬਹੁਤ ਜ਼ਿਆਦਾ ਘਿਰੇ ਹੋਏ ਨੇ। ਸੁਦੇਵ ਸਿੰਘ ਰੋਪੜ ਕਾਂਗਰਸ ਦੇ ਬੁਲਾ ਰਹੇ, ਸੁਦੇਵ ਸਿੰਘ ਰੋਪੜ ਤੁਹਾਡਾ ਬਹੁਤ ਸਵਾਗਤ ਹੈ ਸਰ। ਨਰਿੰਦਰ ਸਿੰਘ ਟਿਵਾਣਾ ਇਹ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਅਤੇ ਪੇਸ਼ੇ ਤੋਂ ਵਕੀਲ ਨੇ। ਟਿਵਾਣਾ ਸਾਹਿਬ ਦੀ ਪਾਰਟੀ ਵਿੱਚ ਬਹੁਤ ਸਾਰੇ ਵਕੀਲ ਹੈਗੇ ਆ, ਪਰ ਉਹ ਵਕੀਲ ਹੈ ਜਨਤਾ ਦੀ ਵਕਾਲਤ ਕਿੰਨੀ ਕਰਦੇ ਆ, ਪਰ ਇਹਨਾਂ ਨੂੰ ਤਾਂ ਮੁੱਖ ਮੰਤਰੀ ਦਾ ਚਿਹਰਾ ਚਾਹੀਦਾ ਇਸ ਵੇਲੇ, ਅਤੇ ਇਸ ਵੇਲੇ ਮੁੱਖ ਮੰਤਰੀ ਚਿਹਰਾ ਲੱਭਦੇ ਪਏ। ਟਿਵਾਣਾ ਸਾਹਿਬ ਸਮਝਣ ਦੀ ਕੋਸ਼ਿਸ਼ ਕਰਾਂ ਕਿ ਕਿਹੜੀ ਮੈਨੇਜਮੈਂਟ ਚੱਲਦੀ ਪਈ। ਟਿਵਾਣਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਰ। ਅਰਸ਼ਜੀਤ ਸਿੰਘ ਕਲੇਰ ਪਿਛਲੀ ਸਰਕਾਰ ਵੇਲੇ, ਅਕਾਲੀ ਦਲ ਦੀ ਸਰਕਾਰ ਵੇਲੇ ਵੀ ਇਹਨਾਂ ਕੋਲ ਚੰਗਾ ਅਹੁਦਾ ਸੀਗਾ ਅਤੇ ਪੇਸ਼ੇ ਤੋਂ ਵਕੀਲ ਹੈਗੇ ਆ ਅਤੇ ਉਸੇ ਵਕਾਲਤ ਦਾ ਹੀ ਅਹੁਦਾ ਇਹਨਾਂ ਕੋਲ ਰਿਹਾ ਅਤੇ ਕਲੇਰ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਅਕਾਲੀ ਦਲ ਗਰਾਊਂਡ 'ਤੇ ਕਿੰਨਾ ਹੈਗਾ ਅਤੇ ਸੋਸ਼ਲ ਮੀਡੀਆ 'ਤੇ ਕਿੰਨਾ ਹੈਗਾ ਅਤੇ ਜਿਹੜੇ ਪੰਜਾਬ ਦੇ ਹਕੀਕੀ ਮੁੱਦੇ ਆ ਅਤੇ ਸੰਘੀ ਢਾਂਚੇ ਦੇ ਮੁੱਦੇ, ਉਹਨਾਂ ਨੂੰ ਅਕਾਲੀ ਦਲ ਕਿੰਨਾ ਸਮਝਦਾ ਪਿਆ। ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਰ। ਸਭ ਤੋਂ ਪਹਿਲਾ ਸਵਾਲ ਡਾਕਟਰ ਗਰਗ ਤੁਹਾਨੂੰ ਕਰਨਾ ਚਾਹੂੰਗਾ। ਡਾਕਟਰ ਗਰਗ ਵੈਸੇ ਤਾਂ ਪੋਲੀਟੀਕਲ ਪਾਰਟੀਆਂ ਤੋਂ ਸ਼ੁਰੂ ਕਰਨਾ ਚਾਹੀਦਾ, ਪਰ ਮੈਂ ਤੁਹਾਡੇ ਤੋਂ ਸ਼ੁਰੂ ਕਰੂੰਗਾ। ਡਾਕਟਰ ਗਰਗ, ਮੁੱਦੇ ਅਤੇ ਮੈਨੇਜਮੈਂਟ ਵਿੱਚ ਫਰਕ ਕੀ ਹੁੰਦਾ ਸਰ? ਅਸੀਂ ਇਹ ਟੋਪਿਕ ਤਾਂ ਰੱਖ ਲਿਆ ਇਹ, ਅਸੀਂ ਲੋਕਾਂ ਨੂੰ ਸਮਝਾਉਣਾ ਵੀ ਤੁਹਾਡੇ ਮੁੱਦੇ ਗਾਇਬ ਹੈ, ਮੈਨੇਜਮੈਂਟ ਅੱਗੇ ਹੈ। ਬਿਲਕੁਲ ਠੀਕ ਹੈ, ਇੱਕ ਪੰਜਾਬੀ ਦਾ ਸ਼ਬਦ ਹੈ, ਇੱਕ ਅੰਗਰੇਜ਼ੀ ਦਾ, ਦੋਹਾਂ ਚੀਜ਼ ਜੇ ਆਪਾਂ ਮਮਾ ਉਧਰ ਐਮ ਹੈ, ਪਰ ਇਹ ਫਰਕ ਹੈ ਜਿਹੜਾ ਉਹ ਜ਼ਮੀਨ ਅਸਮਾਨ ਦਾ ਹੈ। ਜਦ ਤੁਸੀਂ ਮੁੱਦਿਆਂ ਦੇ ਉੱਤੇ ਸਿਆਸਤ ਕਰਦੇ ਹੋ ਤਾਂ ਲੋਕਾਂ ਦੀਆਂ ਸਮੱਸਿਆਵਾਂ, ਸੂਬੇ ਦੀਆਂ ਸਮੱਸਿਆਵਾਂ, ਸੂਬੇ ਦੀਆਂ ਦੇਸ਼ ਦੇ ਨਾਲ ਸਮੱਸਿਆਵਾਂ, ਦੇਸ਼ ਦੀਆਂ ਸੂਬੇ ਨਾਲ ਸਮੱਸਿਆਵਾਂ, ਇਹਨਾਂ ਨੂੰ ਤੁਸੀਂ ਮੁਖਾਤਬ ਹੁੰਦੇ ਹੋ। ਜਦ ਤੁਸੀਂ ਮੈਨੇਜਮੈਂਟ ਦੀ ਗੱਲ ਕਰਦੇ ਹੋ ਉਦੋਂ ਤੁਸੀਂ ਸਮੱਸਿਆਵਾਂ ਨੂੰ ਛੱਡ ਕੇ ਇਹ ਦੇਖਦੇ ਹੋ ਵੀ ਕਿਹੜੀ ਚੀਜ਼ ਨੂੰ ਕਿੱਥੇ ਰੱਖੀਏ, ਕਿਵੇਂ ਕਰੀਏ ਕਿ ਅਸੀਂ ਸਫਲ ਹੋਈਏ। ਉਹਦੇ ਵਿੱਚ ਤੁਸੀਂ ਮੁੱਦੇ ਨਹੀਂ ਪ੍ਰਾਇਮਰੀ ਹੁੰਦੇ, ਉਹਦੇ 'ਚ ਪ੍ਰਬੰਧ ਪ੍ਰਾਇਮਰੀ ਹੁੰਦਾ, ਜਦਕਿ ਪ੍ਰਬੰਧ ਮੁੱਦਿਆਂ ਦੇ ਉੱਤੇ ਹੋਣਾ ਚਾਹੀਦਾ। ਮੁੱਦੇ ਗਾਇਬ ਹੁੰਦੇ ਨੇ, ਉਹ ਧੱਕੇ ਨਾਲ ਕੋਈ ਵਿੱਚ ਪ੍ਰਬੰਧ ਦੇ ਵਿੱਚ ਆਉਣਾ ਪੈ ਜਾਂਦਾ ਮੁੱਦਾ, ਉਹ ਵੱਖਰੀ ਗੱਲ ਹੈ। ਸੋ ਇਹਦੇ ਵਿੱਚ ਜਦ ਤੁਸੀਂ ਕੱਲੀ ਪ੍ਰਬੰਧ ਦੀ ਗੱਲ ਕਰਦੇ ਹੋ, ਮੈਨੇਜਮੈਂਟ ਦੀ ਗੱਲ ਕਰਦੇ ਹੋ, ਜਿਹੜਾ ਪਹਿਲਾਂ ਇੱਕ ਵਾਰੀ ਅਕਾਲੀ ਦਲ ਦੀ ਚੋਣ ਜਿੱਤੀ ਸੀ ਜਿਹੜੀ ਇਹਨਾਂ ਨੇ, ਉਹ 'ਚ ਕਿਹਾ ਵੀ ਸੁਖਬੀਰ ਬਾਦਲ ਨੇ ਬੜੀ ਵਧੀਆ ਮੈਨੇਜਮੈਂਟ ਕਰੀ ਹੈ ਤਾਂ ਜਿੱਤਿਆ, ਜੇ ਹੁਣ ਤਾਂ ਪ੍ਰਸ਼ਾਂਤ ਕਿਸ਼ੋਰ ਜਿਹੜਾ ਇਹਨੂੰ ਤਾਂ ਸਾਰੀਆਂ ਪਾਰਟੀਆਂ ਹੀ ਸਭ ਦੇ ਸਾਹਮਣੇ ਹੈ, ਹਰੇਕ ਕੋਈ ਪਾਰਟੀ ਨਹੀਂ ਕਹਿ ਸਕਦੀ ਵੀ ਅਸੀਂ ਇਹ ਤੋਂ। ਸੋ ਜਦ ਤੁਸੀਂ ਮੈਨੇਜਮੈਂਟ ਦੇ ਨਾਲ, ਕੀ ਤੁਸੀਂ ਸਰਕਾਰਾਂ ਮੈਨੇਜਮੈਂਟ ਨਾਲ ਚਲਾਉਣੇ ਹੋ ਜਾਂ ਤੁਸੀਂ ਸਰਕਾਰਾਂ ਸਿਆਸੀ ਤੌਰ 'ਤੇ ਮਸਲੇ ਹੱਲ ਕਰਾਉਣ ਵਾਸਤੇ ਚਲਾਉਣੇ ਹੋ? ਦੇਸ਼ ਦੀ ਆਜ਼ਾਦੀ ਕੋਈ ਮੈਨੇਜਮੈਂਟ ਨਾਲ ਨਹੀਂ ਲਈ ਗਈ ਸੀ, ਦੇਸ਼ ਦੀ ਆਜ਼ਾਦੀ ਮੁੱਦਿਆਂ 'ਤੇ ਲਈ ਗਈ ਸੀ। ਜਦ ਵੀ ਕਦੇ ਪਹਿਲਾਂ ਚੋਣਾਂ ਲੜੀਆਂ ਜਾਂਦੀਆਂ ਰਹੀਆਂ ਨੇ, ਮੈਂ 51 ਦੀ ਚੋਣ ਦੀ ਤਾਂ ਮੈਨੂੰ ਨਹੀਂ ਸੁਰਤ, ਉਦੋਂ ਬਾਅਦ ਮੈਂ ਹਰੇਕ ਚੋਣ ਨੂੰ ਇਹ ਦੇਖਿਆ ਸੀ ਕਿ ਤਕਰੀਬਨ 80 ਤੱਕ ਚੋਣਾਂ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਸੀ। ਉਦੋਂ ਬਾਅਦ ਮੁੱਦੇ ਘੱਟਦੇ ਗਏ, ਪਛਾਹਾਂ ਹੁੰਦੇ ਗਏ, ਕਦੇ ਆਪਣਾ ਤੌਰ ਤਰੀਕਾ, ਕਦੇ ਕੋਈ ਚਿਹਰਾ, ਕਦੇ ਕੋਈ ਹੀਰੋ, ਕਦੇ ਕੋਈ ਦੂਜੇ 'ਤੇ ਦੋਸ਼ ਆਰੋਪਣ, ਕਦੇ ਕੋਈ ਇਹੋ ਜਿਹੀ ਘਟਨਾ, ਉਹਦੇ ਬੇਸ 'ਤੇ ਚੋਣਾਂ ਲੜੀਆਂ।
व्यक्ति इंपोर्टेंट नहीं हुंदा जां प्रबंध इंपोर्टेंट नहीं हुंदा जां कोई घटना इंपोर्टेंट नहीं हुंदी, पर जे ओहो ही धुरी बन जाए उदों फिर गड़बड़ी। ठीक है, मैं वापस आऊंगा। सुदेश रोपड़ सर, 4 साल हो गए सरकार नूं, तुसी दावा करदे हो असीं बहुत वधिया काम कीता, उन्हां दावें दे बावजूद सर तुहानूं मैनेजमेंट क्यों करनी पै रही है सुदेश रोपड़? वो मुद्दे लैके जाओ ना जनता की कचहरी में, बस तुहाडे लई आ काम कीते है तो सानूं वोटां दो भाई, असीं दोबारा चुनना, दोबारा चुनो सानूं। तुसी मैनेजमेंट च पै गए रोपड़ साहब? नहीं, असीं देखो किसी भी मैनेजमेंट च नहीं पे। देखो गल यह है भी जिहड़ी इलैक्शन हैगी उह मुद्दियां ते लड़ी जाणी है, मैनेजमेंटां नाल ना इलैक्शन जिते जांदे आ ना ही जिते जा सकदे आ। देखो लोकां ने वोट मुद्दियां ते पाउणी हुंदी है, असीं लोकां नूं इन्ने भोले भाले ना समझिए भी उह किसे नूं मैनेजमेंट दे विच आ जाणगे। देखो जिहड़े मुद्दे असीं लैके चले सी उहनां ते असीं जिन्ना काम कीता है उह लोकां दे सामने रख्या, रख रहे आ, रखांगे भी, ते उहदे उत्ते सॉरी चोण लड़ी जाऊगी। इस करके इतने कोई मैनेजमेंट की जो होर का तो रट्टा ही नहीं है, इतने सिर्फ लोगों ने जी वोट पानी है। लोग इन्ने का अवेयर हो चुके हैं भी लोगों को असं मैनेज इदा नहीं कर सकते भी तुसी कोई मैनेजमेंट के थ्रू उस मैनेज कर लागे। ठीक है, वैसे असं मैं लगता अब मुद्दा ही गलत चुन लिया रोपड़ साहब थोड़े गलत, तो मैं लगता है नहीं। देखो तुम मुद्दा नहीं गलत चुने, मुद्दा अपना ठीक रखा है। देखो कोई हो सकता कोई सोचता हो भी असं मैनेज करके, जिदा कि मैं मैनेज नहीं हों एडा वा इलेक्शन, छोटा कोई इलेक्शन मैनेज होना करना मेरे ख्याल सौखा होंगे, एडा वा इलेक्शन मैनेज करना कोई सौखा काम नहीं है। और जदों सारा पंजाब अवेयर हो गए, सारा पंजाब का जाके सिंघू बॉर्डर से टिकरी बॉर्डर से बैठ गया, और लोगों को असं किवें मैनेज कर लाँगे? मैनू नहीं लगता भी असं लोगों मैनेज कर लाँगे। ठीक है, मैं वापस आऊँगा थोड़े को। टवाणा साहब तुहाडे लई तां सर सीएम दा फेस मैनेज करना इस वेले बहुत औखा काम है, उस तो बाद ही लोक मुद्दे की गल होगी, टवाणा साहब इउं लगदा तुहानूं? नहीं नहीं बिल्कुल ही गल है जी, सीएम दा फेस बड़ी जल्द लाना इस बार असी, और सीएम दा फेस लान करन तों बाद ही असी इलैक्शन दे लड़ांगे कि बिल्कुल दस के लोगों नूं भी साडा सीएम दा फेस है। बड़ी जल्दी तुहानूं इस गल बारे पता लग जाएगा, कोई बहुता सवाल नहीं आंदे बिल्कुल। देखो गल इस बार इलैक्शन च फेस की गल नहीं, इलैक्शन हैगी कागजादी जी, कि 4 साल का राज आपने देखे ना, जिस तरह कांग्रेस ने वादे करके, उस तरह भी प्रशांत किशोर भी इतने से जिन्हें वादे कराए थे उन्होंने ही कराए थे, जिन्हें नारे लवाए थे वो भी उन्होंने लवाए थे, पर जिन्हें भी वादे किए गए थे जिस तरह कराए गए थे वो बार बार आप हर बार डिबेट से गल करते हैं। रोपड़ साहब तो मैं गल पूछूंगा, इन्होंने कहा भी जिहड़े असीं वादे किए सारे पूरे करे ने, मेरे हिसाब तक कोई वादा पूरा किया ही नहीं, सौका वादे टवाणा साहब तो टवाणा साहब रोपड़ साहब तुम सवाल कर लियो बाद कोई नहीं, पूरा मौका दूंगा। टवाणा साहब तुम प्रशांत किशोर की कदम मदद नहीं ली? नहीं असी इस तरह नहीं, जिस तरह इन्होंने देखो असी जे कोई वादा किया ना जनता नाल जो दिल्ली असी इलेक्शन लड़ी है असी वो पूरे भी किए ने बिल्कुल। नहीं टवाणा साहब तुम हमने क्या टवाणा साहब सुन लो सर सुन लो, मैं बड़ा आराम नाल डिबेट कर दूंगा जी। टवाणा साहब तुम कह रहे हो कि प्रशांत किशोर ने ही ये वादे किए थे वो इन्हों तो पूरे नहीं होए गए, तुम कदम मदद लीती सी प्रशांत किशोर की? आम आदमी पार्टी पंजाब की इकाई भी वार बार डिमांड करती थी कि प्रशांत किशोर साढ़े को आने चाहिए है, तुहाडी मंग पूरी नहीं हुई, तुहाडी पार्टी ने भी नहीं सुनी तुहाडी? नहीं कदे असी डिमांड नहीं की बिल्कुल भी, असी कदे डायरेक्ट मदद ही लई नहीं है प्रशांत किशोर की, जिस तरह पंजाब च लई गई है पिछली बार इस तरह असी लई बिल्कुल नहीं कदे मदद। चलो ठीक है, ठीक है अरजीत सिंह कलेर, मैं तुहाडे तों एक सवाल लैना चाहुंदा। डॉक्टर गर्ग ने एक वड्डा इशारा कीता सीगा सुखबीर सिंह बादल बारे, इन्हां दे कहण दा मतलब जो मैनूं समझ आया, बाकी मैनूं करैक्ट कर देंगे जे मैनूं गलत समझ आया, तो यह कह रहे हैं कि पोलीटिकल लीडर नहीं तैयार हो रहे, अजकल पोलीटिकल मैनेजर तैयार हो रहे हैं। कलेर साहब तुसीं सहमत हो? नहीं, मैं जिहड़ी इन्होंने गल कही 2012 की इलैक्शन का गर्ग साहब ने जिक्र किया, 2012 की इलैक्शन असी जीती और डिवेलपमेंट के मुद्दे के उत्ते जीती है, जो पंजाब दे विच इंफ्रास्ट्रक्चर डिवेलपमेंट बहुत कुछ असी उदों भी किया, पहली सरकार च भी किया, दूजी च भी किया, दूजी 17 दे विच आके नो डाउट लोगों ने वो डिवेलपमेंट के मुद्दे पिछे रखते, कूड़ प्रचार इस तरीके विरोधियों वालों किया गया, लोग उहदे विच आ गए, सौं दे विच आ गए, जिहदे नतीजे अज लोग भुगत रहे ने। और हुशियारपुर दे विच मैं अज सब तो वड्डी गल कहूंगा थोड़े चैनल दे उत्ते, प्रशांत किशोर नूं अगर सब तो वड्डा लानत दा कोई सर्टिफिकेट है तो जिहड़ी हुशियारपुर दे विच प्यो पुत ने सुसाइड कीता है, लिख के कीता है कि अमरिंदर सिंह ने झूठा वादा कीता सी, असीं कदे कांग्रेस नूं वोट नहीं पाई सी, वादे ते वोट पाई पर साडा 1 लाख दा कोऑपरेटिव दा करजा माफ नहीं होया तां असीं मर रहे हां, इह तों वड्डी शर्म दी ते लानत दी गल प्रशांत किशोर लिए उह सर्टिफिकेट है। और दूसरे पासे मैं इह गल नहीं कहिंदा हर पार्टी नूं राइट है जिहनूं मर्जी लियावे पोल स्ट्रैटेजिस्ट लावे पैसे दवे
ਪਰ ਸਰਕਾਰੀ ਖਰਚੇ ਦੇ ਉੱਤੇ ਲੈ ਕੇ ਆਉਣਾ ਇਹ ਨੈਤਿਕ ਹਾਰ ਹੈ। ਲਾਉਣਾ ਸੀ ਤਾਂ ਉਹਨੂੰ ਜਾਖੜ ਸਾਹਿਬ ਦਾ ਪ੍ਰਿੰਸੀਪਲ ਐਡਵਾਈਜ਼ਰ ਲਾ ਦਿੰਦੇ, ਪਾਰਟੀ ਦਾ ਪ੍ਰਧਾਨ ਬਣਾ ਦਿੰਦੇ, ਸਾਨੂੰ ਕੀ ਦਿੱਕਤ ਹੈ, ਜਿਹਨੂੰ ਮਰਜ਼ੀ ਲਿਆਓ। ਪਰ ਜਿਹੜੇ ਪੁਰਾਣੇ ਵਾਅਦੇ ਨੇ, ਜਿਹੜੇ ਤੁਸੀਂ ਐਡੇ ਐਡੇ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਕਹੇ ਸੀ, ਪੂਰਨ ਕਰਜ਼ਾ ਮਾਫੀ, ਘਰ ਘਰ ਨੌਕਰੀ ਔਰ ਨਸ਼ਾ ਮੁਕਤ ਪੰਜਾਬ, ਉਹ ਪੂਰੇ ਨਹੀਂ ਕੀਤੇ। ਔਰ ਦੂਸਰੇ ਪਾਸੇ ਮੈਂ ਸਿਰਫ ਇੱਕ ਗੱਲ ਕਹੂੰਗਾ, ਮੈਂ ਕੇਪੀ ਜੀ ਉਹ ਤੋਂ ਬਾਅਦ ਐਂਡ ਕਰ ਦੂੰਗਾ, ਕਿ ਪ੍ਰਸ਼ਾਂਤ ਕਿਸ਼ੋਰ ਨੂੰ ਤੁਸੀਂ ਐਡਵਾਈਜ਼ਰ ਲਾ ਕੇ ਪੰਜਾਬ ਦੇ ਜ਼ਖਮਾਂ ਉੱਤੇ ਨਮਕ ਛਿੜਕਿਆ, ਔਰ ਜਿਹੜੇ ਆਸ ਜਗਾਈ ਕਿਸਾਨਾਂ ਦੀ, ਜਿਹੜੇ ਸੁਸਾਈਡ ਕਰ ਰਹੇ ਹੈ ਕਿ ਅਮਰਿੰਦਰ ਸਿੰਘ ਨੇ ਆ ਕੇ ਕਰਜ਼ੇ ਮਾਫ਼ ਕਰਨੇ ਸੀ, ਕਿਸ਼ਤਾਂ ਤੱਕ ਭਰਨੀਆਂ ਬੰਦ ਕਰ ਦਿੱਤੀਆਂ ਸੀ, ਮੈਂ ਸਾਰਿਆਂ ਦੀ ਮੌਤ ਦਾ ਜ਼ਿੰਮੇਵਾਰ ਪ੍ਰਸ਼ਾਂਤ ਕਿਸ਼ੋਰ ਨੂੰ ਮੰਨਦਾ। ਠੀਕ ਹੈ, ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆ ਕੇ ਪੰਜਾਬ ਲਈ ਸਿਆਸੀ ਧਿਰਾਂ ਕੀ ਚੁਣਦੀਆਂ, ਪੰਜਾਬ ਦੀਆਂ ਸਿਆਸੀ ਧਿਰਾਂ ਲਈ ਕਿਸਾਨੀ ਜਾਂ ਖੇਤੀ ਇਹ ਵੱਡਾ ਮੁੱਦਾ ਹੈ ਜਾਂ ਨਹੀਂ ਹੈ, ਜਾਂ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਲੱਗਦਾ ਕਿ ਉਹ ਮੁੱਦਾ ਇੱਕ ਵੱਖਰਾ ਹੈਗਾ, ਅਸੀਂ ਹੁਣੇ ਤੋਂ ਆਪਦੀ ਮੈਨੇਜਮੈਂਟ ਕਰ ਲਈਏ ਤਾਂ ਜੋ ਜਿਹੜਾ ਇਹ ਕਿਸਾਨ ਸੰਘਰਸ਼ ਹੈਗਾ ਉਹਦਾ ਜੋ ਵੀ ਅੰਜਾਮ ਹੋਵੇ ਸਾਡੇ 'ਤੇ ਉਹ ਅਸਰ ਨਾ ਪਾ ਸਕੇ, ਕਿਤੇ ਇਹ ਸੋਚ ਤਾਂ ਨਹੀਂ ਇਹਨਾਂ ਪਾਰਟੀਆਂ 'ਤੇ ਭਾਰੂ ਪੈ ਰਹੀ। ਵਾਪਸ ਆ ਕੇ ਇਹ ਸਾਰੇ ਸਵਾਲ ਹੋਣਗੇ। ਜ਼ਰੂਰ ਅਸਲ ਅਸੀਂ ਇਹ ਪੁੱਛ ਰਹੇ, ਕਿਸਾਨ ਸੰਘਰਸ਼ ਵਿੱਚ ਘਿਰੀ ਸਿਆਸਤ ਕੋਲ ਪੰਜਾਬ ਲਈ 2022 ਦਾ ਪਲਾਨ ਕੀ ਹੈ? ਡਾਕਟਰ ਗਰਗ, ਮੈਂ ਜਦੋਂ ਮੈਨੇਜਮੈਂਟ ਦੀ ਗੱਲ ਕਰਦਾ ਸਰ, ਪ੍ਰਸ਼ਾਂਤ ਕਿਸ਼ੋਰ ਦਾ ਹੀ ਨਾਮ ਲੈ ਰਹੇ ਆ ਸਾਰੇ, ਮੈਨੇਜਮੈਂਟ ਸਰ ਕੁਛ ਹੋਰ ਨਹੀਂ ਹੁੰਦੀ, ਇਕੱਲੀ ਪ੍ਰਸ਼ਾਂਤ ਕਿਸ਼ੋਰ ਹੀ ਮੈਨੇਜਮੈਂਟ ਹੈ ਸਰ? ਡਾਕਟਰ ਗਰਗ, ਉਹਦੇ 'ਚ ਫਰਕ ਇਹ ਹੈ ਵੀ ਮੈਨੇਜਮੈਂਟ ਤਾਂ ਸਾਰੀ ਹੁੰਦੀ ਹੈ ਪ੍ਰਸ਼ਾਂਤ ਕਿਸ਼ੋਰ ਕੋਲ, ਹਰ ਇੱਕ ਬੰਦਾ, ਜਿਵੇਂ ਕੋਈ ਸਰਜਨ ਉਹਦੇ ਕੋਲ ਸਬਜ਼ੀ ਦਾ, ਜਿਵੇਂ ਉਹਨਾਂ ਕੋਲ ਵਕਾਲਤ ਦਾ ਆਰਟ ਹੈ, ਉਹਦੇ ਕੋਲ ਉਹ ਆਰਟ ਹੈ ਕਿ ਡਾਟੇ ਨੂੰ ਕਿਵੇਂ ਐਨਾਲਾਈਜ਼ ਕਰਕੇ ਕਿਵੇਂ ਮੁੱਦੇ ਕੱਢੇ ਜਾਣ, ਵੀ ਆਹ ਮੁੱਦਾ ਹੈ ਜਿਹਦੇ 'ਤੇ ਲੋਕ ਜ਼ਿਆਦਾ, ਆਹ ਸਲੋਗਨ ਹੈ, ਉਹ ਉਸ ਤਰ੍ਹਾਂ ਦੀ ਮੈਨੇਜਮੈਂਟ, ਮਤਲਬ ਉਹ ਮੁੱਦੇ ਜਿਹੜੇ ਲੋਕ ਫੀਲ ਕਰਦੇ ਨੇ ਉਹਦੇ ਵਿੱਚ, ਉਹਨਾਂ ਮੁੱਦਿਆਂ 'ਤੇ ਪੋਲੀਟਿਕਸ ਕਿਵੇਂ ਕਰਨੀਆਂ ਹੀ ਨਹੀਂ ਹੈ ਸਵਾਲ ਹੈ, ਉਹ ਸਲੋਗਨ ਦੇ ਦੋ, ਜਿਹੜੀ ਆਹ ਗੱਲ ਹੋਈ ਆ ਹੁਣ, ਚਾਹੇ ਉਹ ਵਾਅਦੇ ਪੂਰੇ ਹੋਣ ਦੀ ਗੱਲ ਕਲੇਮ ਕਰਿਆ ਜਾ ਰਿਹਾ ਕਾਂਗਰਸ ਵੱਲੋਂ, ਚਾਹੇ ਬਾਕੀ ਦੋ ਧਿਰਾਂ ਵੱਲੋਂ ਕਿਹਾ ਜਾ ਰਿਹਾ ਵੀ ਇਹਨਾਂ ਨੇ ਕਰੇ ਕੱਖ ਨਹੀਂ, ਮੈਨੂੰ ਲੱਗਦਾ ਤਿੰਨੇ ਆਪਣੇ ਆਪਣੇ ਲੈਵਲ ਦੇ ਉੱਤੇ ਇਹਨਾਂ ਦਾ ਰਾਈ ਜੋ ਐਕਸਰਸਾਈਜ਼ ਕਰ ਰਹੇ ਨੇ, ਅਤੇ ਅੱਜ ਸਾਡੀ ਸਿਆਸਤ ਇਸ ਗੱਲ 'ਚੋਂ ਬਿਲਕੁਲ ਵੱਖਰੇ ਤੌਰ ਤੇ ਖੜ ਕੇ ਚੋਣਾਂ ਦੇਖ ਰਹੀ ਹੈ। ਡਾਕਟਰ ਗਰਗ, ਮੈਂ ਤੁਹਾਡੀ ਗੱਲ, ਡਾਕਟਰ ਗਰਗ ਤੁਹਾਡੀ ਆਪਣੀ ਗੱਲ ਪੂਰੀ ਕਰ ਲਿਓ, ਮੈਨੂੰ ਇੱਕ ਸਰ ਸਵਾਲ ਮੇਰੇ ਦਿਮਾਗ ਦੇ ਵਿੱਚ ਆ ਗਿਆ ਜੋ ਮਿਸਟਰ ਕਲੇਅਰ ਨੇ ਖੜਾ ਕੀਤਾ ਸੀਗਾ, ਮੈਨੂੰ ਲੱਗਦਾ ਕਿ 4 ਸਾਲ ਦੇ ਰਿਪੋਰਟ ਕਾਰਡ ਲੈਣ ਦੀ ਬਜਾਏ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਸ਼ਾਂਤ ਕਿਸ਼ੋਰ ਦੇ ਮੁਕਾਬਲੇ ਖੜੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਬਰੀ ਕਰ ਦੇਵੇ, ਪ੍ਰਸ਼ਾਂਤ ਕਿਸ਼ੋਰ ਨੂੰ ਜ਼ਿੰਮੇਵਾਰ ਠਹਿਰਾ ਰਿਹਾ। ਡਾਕਟਰ ਗਰਗ, ਮੈਨੂੰ ਇਉਂ ਲੱਗਦਾ ਪਿਆ ਇਹ ਇਹਨਾਂ ਦੀ, ਮੈਨੂੰ ਇਹ ਇਹਨਾਂ ਦੇ ਬਿਆਨ 'ਤੇ ਸਮਝ ਆਇਆ, ਤੁਹਾਨੂੰ ਕੀ ਸਮਝ ਆਇਆ? ਨਹੀਂ, ਮੈਂ ਇਸੇ ਗਲਤੀ ਆ ਰਿਹਾ, ਮੈਂ ਇਹ ਬਿਆਨ ਨਾਲ ਸਹਿਮਤ ਹੀ ਨਹੀਂ ਹਾਂ। ਪ੍ਰਸ਼ਾਂਤ ਕਿਸ਼ੋਰ ਇਜ਼ ਨਾਟ ਰਿਸਪੋਂਸੀਬਲ, ਪ੍ਰਸ਼ਾਂਤ ਕਿਸ਼ੋਰ ਇੱਕ ਮੈਨੇਜਰ ਹੈ, ਸਾਨੂੰ ਕਈ ਵਾਰ ਕਹਿੰਦੇ ਵੀ, ਮੈਂ ਕਿਹਾ ਇਹ ਤਾਂ ਮੈਨੇਜਰ ਹੈ, ਉਹ ਇੱਕ ਮੈਨੇਜਰ ਹੈ, ਜ਼ਿੰਮੇਵਾਰੀ ਕੈਪਟਨ ਸਾਹਿਬ ਦੀ ਹੈ, ਕੈਪਟਨ ਸਾਹਿਬ ਦੀ ਵਜ੍ਹਾ ਵੀ ਮੈਂ ਕਹਾਂਗਾ ਟੋਟਲ ਕਾਂਗਰਸ ਪਾਰਟੀ ਦੀ ਹੈ, ਕਾਂਗਰਸ ਲੈਜਿਸਲੇਚਰ ਪਾਰਟੀ ਦੀ ਹੈ, ਉਸ ਦੇ ਉੱਤੇ ਕਿਉਂਕਿ ਮੁਖੀ ਨੇ ਉਹ, ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਹੈ, ਜਾਂ ਜਾਖੜ ਸਾਹਿਬ ਦੀ ਕਹਿ ਸਕਦਾ ਪਾਰਟੀ ਦੇ ਤੌਰ 'ਤੇ। ਸੋ ਇਹ ਜ਼ਿੰਮੇਵਾਰੀ ਤਾਂ ਪੋਲੀਟੀਕਲ ਹੈ, ਵਾਅਦੇ ਜਿਹਨੇ ਮਰਜ਼ੀ ਕੱਢ ਕੇ ਦਿੱਤੇ ਹੋਣ, ਇੱਕ ਮਹਾਰ ਹੈ, ਉਹਨੇ ਬਜਟ ਪੇਸ਼ ਹੁੰਦਾ, ਬਜਟ ਕੋਈ ਤੁਹਾਡੇ ਖਿਆਲ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ ਬਣਾਉਂਦੇ ਨੇ? ਨੋ, ਨੋਟ ਐਟ ਆਲ, ਉਹ ਤਾਂ ਸ਼ਾਇਦ ਪੂਰੀ ਡਿਟੇਲ 'ਚ ਜਿੱਡਾ ਲੰਬਾ ਬਜਟ ਹੋਣ ਉਹਨਾਂ ਨੇ ਕਦੇ ਪੜ੍ਹਿਆ ਵੀ ਨਾ ਹੋਵੇ, ਖਾਲੀ ਕਦੀ ਗੱਲ ਵੀ ਸਿੱਖਾਂ 'ਚ ਕਿਹਨੂੰ ਕਿੱਥੇ ਦੇਣਾ, ਕੀ ਦੇਣਾ, ਕੀ ਨਹੀਂ ਦੇਣਾ, ਐਂ ਨਹੀਂ ਹੁੰਦਾ। ਪਰ ਜ਼ਿੰਮੇਵਾਰੀ ਤਾਂ ਬਜਟ ਪੇਸ਼ ਕਰਕੇ ਉਹਨੂੰ ਪਾਸ ਕਰਾਉਣ ਦੀ, ਉਹ ਫਾਈਨੈਂਸ ਮਿਨਿਸਟਰ ਦੀ ਵੀ ਹੈ। ਇਸੇ ਤਰ੍ਹਾਂ ਇੱਕ ਮੈਨੇਜਰ ਨੇ ਕੁਛ ਵੀ ਕਹਿਤਾ, ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ। ਪਹਿਲੀ ਗੱਲ, ਜਦ ਸਿਆਸੀ ਧਿਰਾਂ ਜ਼ਿੰਮੇਵਾਰੀ ਹੈ, ਉਹ ਅਫਸਰਾਂ ਦੇ ਉੱਤੇ, ਉਹ ਬਾਬੂਆਂ ਦੇ ਉੱਤੇ, ਉਹ ਟੈਕਨੀਕਲ ਮਾਹਰਾਂ ਦੇ ਉੱਤੇ ਪਾਉਣੀ ਸ਼ੁਰੂ ਕਰ ਦਿੰਦੇ ਨੇ, ਉੱਥੇ ਸਿਆਸਤ ਦੀ ਹਾਰ ਹੈ। ਸਿਆਸਤ ਇਹ ਹੁੰਦੀ ਹੈ ਕਿ ਮੈਂ ਜ਼ਿੰਮੇਵਾਰ ਹਾਂ, ਜਿਹੜੇ ਮਰਜ਼ੀ ਅਫਸਰ ਨੇ ਕਰਿਆ ਉਹਦਾ ਮੈਂ ਦੇਖਾਂਗਾ ਕਿਵੇਂ ਐਕਸ਼ਨ ਹੈ, ਜ਼ਿੰਮੇਵਾਰੀ ਸਿਆਸਤ ਦੀ ਹੁੰਦੀ ਹੈ। ਅੱਜ ਸਿਆਸਤ, ਦੂਜੀ ਗੱਲ ਮੈਂ ਛੋਟੀ ਜਿਹੀ ਇਹ ਕਹਿਣਾ ਚਾਹਾਂਗਾ ਵੀ ਪੰਜਾਬ ਦੇ ਮੁੱਦਿਆਂ 'ਚ ਪੋਲੀਟੀਕਲੀ ਹੋਣਾ ਕੀ ਚਾਹੀਦਾ, ਉਹ ਤਾਂ ਕਿਸਾਨ ਅੰਦੋਲਨ ਬੈਠਾ, ਜਿਹੜੇ ਬਾਰਡਰਾਂ ਦੀ ਗੱਲ ਕਰੀਏ ਉੱਥੇ ਭੁੱਖ ਕਰ ਰਿਹਾ, ਪੰਜਾਬ ਹਰਿਆਣਾ ਇਕੱਠਾ ਹੋ ਰਿਹਾ, ਗੀਤ ਨਵੇਂ ਗਾਏ ਜਾ ਰਹੇ ਨੇ, ਗੰਦੇ ਗੀਤ ਬੰਦ ਨੇ, ਨਸ਼ੇ ਉੱਥੇ ਕਰੇ ਨਹੀਂ ਜਾ ਰਹੇ, ਉੱਥੇ ਕੁੜੀਆਂ ਸੇਫ ਨੇ, ਉੱਥੇ ਬਜ਼ੁਰਗਾਂ ਦੀ ਰਾਖੀ ਕਰੀ ਜਾ ਰਹੀ ਹੈ, ਉੱਥੇ ਸਫਾਈ ਕਰੀ ਜਾ ਰਹੀ ਹੈ, ਉੱਥੇ ਸਾਂਝੀਵਾਲਤਾ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਲੰਗਰ ਉੱਥੇ ਚੱਲ ਰਿਹਾ, ਉੱਥੇ ਜਾਤ ਪਾਤ ਧਰਮ ਦਾ ਵਿਤਕਰਾ ਕੱਢ ਕੇ ਗੱਲ ਕਰੀ ਜਾ ਰਹੀ ਹੈ, ਉੱਥੇ 3 ਪੀੜ੍ਹੀਆਂ ਦਾ ਆਪਸ ਵਿੱਚ ਸੁਮੇਲ ਕਰਾਇਆ ਜਾ ਰਿਹਾ, ਦਾਦਾ ਵੀ ਉੱਥੇ, ਪੋਤਾ ਵੀ ਉੱਥੇ, ਪੁੱਤ ਵੀ ਉੱਥੇ ਹੈ, ਸੱਸ ਵੀ ਉੱਥੇ, ਨੂੰਹ ਵੀ ਉੱਥੇ, ਧੀ ਵੀ ਉੱਥੇ ਹੈ, ਉੱਥੇ ਔਰਤਾਂ ਵੀ ਨੇ, ਮਰਦ ਵੀ ਨੇ, ਯੰਗ ਵੀ ਨੇ, ਓਲਡ ਵੀ ਨੇ। ਸੋ ਇਸ ਕਰਕੇ ਉਹ ਆਇਆ ਸੀ ਯੂਨੀਵਰਸਿਟੀ, ਉਹਦੇ ਵਿੱਚੋਂ ਤਾਂ ਇਹਨਾਂ ਨੇ ਮੁੱਦੇ ਕੱਢੇ ਨੇ, ਯਾਰ ਪੰਜਾਬ ਨੂੰ ਤਾਂ ਇਸ ਪਾਸੇ ਜਾਣਾ ਚਾਹੀਦਾ, ਪੰਜਾਬ ਤਾਂ ਥੋੜ੍ਹੀ ਉਲਟ ਪਾਸੇ ਰਿਹਾ, ਤੁਸੀਂ ਇਹ ਪ੍ਰਬੰਧ ਕਰਕੇ, ਕੱਲ੍ਹ ਨੂੰ ਕੋਈ ਕਹਿ ਦੂਗਾ ਪ੍ਰਸ਼ਾਂਤ ਕਿਸ਼ੋਰ, ਮਾਫ਼ ਕਰਨਾ ਮੈਂ 2 ਮਿੰਟ ਹੀ ਲਵਾਂਗਾ, ਕਿ ਜੀ ਇਹਨਾਂ ਕਿਸਾਨੀ ਕਰਜ਼ੇ 'ਤੇ ਹੁਣ ਤੁਸੀਂ ਆਹ ਵਾਅਦਾ ਕਰ ਲਓ, ਅੱਜ ਹੀ ਮੈਂ ਕਰਨਗੇ, ਮੈਂ ਕਿਹਾ ਪਹਿਲਾਂ 5,000 ਕਰੋੜ ਰੱਖਿਆ ਸੀ, ਹੁਣ ਕਹਿ ਦਿੰਦੇ 6,000 ਕਰੋੜ ਰੱਖਤਾ, ਦਿੱਤਾ 4,700 ਕਰੋੜ, ਕਿੰਨਾ ਹੁਣ ਤੱਕ ਜੋ ਵੀ ਦਿੱਤਾ, ਅਤੇ ਦੂਜੇ ਪਾਸੇ ਮਜ਼ਦੂਰਾਂ ਦਾ 5-7 ਕਰੋੜ ਸੀ, ਕਹਿ ਦੇਣਗੇ
हरेक ने यह क्लेम करिया है कि असी पंजाब का बहुत कुछ करता, पंजाब दे विच सियासी तौर पर धिर जिहड़ी है वह कोई भी इशू के उत्ते नहीं तुरी, वो अपनी सियासत वास्ते एक दूजे को हराने वास्ते एक दूजे तो अगे निकलने वास्ते तुर रही है। ठीक है, पंजाब के जो फैडरलिज्म के इशू ने वो किसी ने अजे तक लाए नहीं, अकालिया ने थोड़ी जी गल शुरू करी सी वो बिचे दबी पई है, जे अकाली और फैडरलिज्म की गल कर घट्टो घट दूजिया पार्टियां जवाब देना पेगा। ठीक है सर, ठीक है सर, ठीक है, तुम इशू इशू वाल फोकस कर रहे हो। टवाणा साहब किहड़े इशू लैके सर तुम जाओगे 2022 लोगों को? टवाणा साहब देखो जित तक का साड़ी पार्टी का सवाल है जी, साड़ी बड़ी स्पष्ट है सारी गल भी, असं बिल्कुल साफ सुथरा पंजाब प्रशासन देवे। तो जिस तरह माफिया राज पंजाब चल रहा है, ये कल्ले कैप्टन साहब के राज नहीं चलिया, ये उस तो पहला अकाली दल के राज भी चलता रहा है, जिमें रेत माफिया है, शराब माफिया है, सारे माफिया उसने कैप्टन साहब के राज चलते हैं, उसने अकाली सरकार के राज चलते। ये माफिया राज तो पंजाब में छुटकारा पाना बहुत जरूरी है। एक तो नजायज फैक्ट्रियां चल दी रही पंजाब शराब दियां जिन्हें फड़िया गई हर किसी से कार्रवाई नहीं हुई, करप्शन ने लक तोड़ता है पंजाब का बिल्कुल ही। और पंजाब का जिस तरह बेरोजगारी रोजगारी पंजाब हुई हुई है ना, जिस तरह साड़ी इतों प्लैन हो रहा बाहर साढ़े बच्चे जा रहे हैं, ये सारिया समस्या उत्ते सोचण की लोड़ है, इमानदारी नाल काम करन की लोड़ भी है जिहड़ियां पिछलियां सरकारां ने नहीं किया बिल्कुल भी। तो सब तो वड्डी गल है इस जिहड़ी अगले साल आ रहे हैं किसान संघर्ष का की नतीजा निकलता है, किसान संघर्ष किस तरह नवी दिशा पंजाब में दिंदा है। जिवें गर्ग साहब दी मैं गल्लां साझे नाल बड़ा सहमत है कि किसान संघर्ष तो बड़ा कुछ सीखने की लोड़ है, पंजाब बड़ा कुछ पंजाब नूं सिखाया होया, बड़ा कुछ किसान संघर्ष ने पंजाब दे दाग धोते ने, वो सारी गल्लां भी अपने सामने ने। तो सब तो पहला तो असीं अरदास यही कर रहे भी किसान संघर्ष जिहड़ा है ना ये खेती के बिल रद्द होण सारे, और MSP बारे भी कानून बने। असीं जिहड़े पिछले 4 सालां दा राज है ना जो कैप्टन सरकार ने दित्ता है ना, जो वादे पंजाब के गए थे, मैं थोड़ा 2 मिनट लेने मैं जरूर थोड़े को, इन्होंने मैं वो कैप्टन साहब की गल याद करवाना है जी इन्होंने किसानों को कही थी भी तुम कोऑपरेटिव बैंकों तो भी कर्जे लाए हो, नैशनल बैंकों तो भी कर्जे लाए हो, आड़तियों भी कर्जे लाए हो, कोई कर्जा देने की लोड़ नहीं, असी पंजाब सरकार कर्जे पे करो 90,000 करोड़ दत्ता कहना है, जे माफ करें भी तो 4500 करोड़ बड़ा लेट जाके किया। नशा अज ही पंजाब उस तरह ही मार है, नौजवान नशे डेली आप खबर पढ़ते मार रहे हैं, पेंशन वाली गल आप कर लीए बिल्कुल उत्थी खड़ी है, किहड़े पासे कैप्टन साहब एक भी दस दिन भी आह इन्होंने जिहड़ा है पंजाब 4 साल में लोगों को पहुंचा दिता है, बिजली इन्नी महंगी ज्यादा है पंजाब सारे हिंदुस्तान 10 रुपए जुट असी बिजली लै रहे हैं पंजाब दे। ठीक है रवाना साहब, सारिया समस्याओं का हल है, इन्हों को सारे असं हल करने की कोशिश करा। ठीक है कलेर साहब, तुसी किहड़े इशू लैके जाने हैं सर जनता दे विचारी? KP जी श्रोमणी अकाली दल के इशू बड़े साफ ने, असी अपना रिपोर्ट कार्ड ते जो कांग्रेस ने हुण तक कीता इहदा रिपोर्ट कार्ड अगर तुसी इहदे कंपैरिजन कर लो तो साडे इशू बड़े साफ ने। पंजाब दी जो श्रोमणी अकाली दल ने कीता, जिहड़े अज मजबूत मंडीकरण सिस्टम की लड़ाई उरे चल रही है, देण की दी है श्रोमणी अकाली दल की है, फिर चाहे जिहड़ी इंफ्रास्ट्रक्चर डिवेलपमेंट है किहदे टाइम दे विच होई, अकाली दल दे टाइम दे विच कांग्रेस ने किट भी लाई होवे तां रोपड़ साहब दस देण, जिन्नी नौकरी दित्ती बिल्कुल फेयर सिलेक्शन हुई श्रोमणी अकाली दल के टाइम से हुई, और उस तो बिना जिन्नी कोई सोशल वेलफेयर स्कीम चाहे आटा दाल स्कीम हो वे, हर चीज चाहे फिर वजीफे होण, तुसी किसे भी फील्ड दे विच अगर देखोगे सुविधा केंद्र खोलने होण, यह सारा कुछ श्रोमणी अकाली दल। तो श्रोमणी अकाली दल को अपनी परफॉर्मेंस जो काम किए ने लोगों के विच लेके जावांगे। ठीक क्लियर साहब, ये आटा दाल स्कीम है स्टेट की है, वजीफे वाली स्कीम है स्टेट की है सर। KP जी शायद थोड़ा पता ना हो कि जी आटा दाल स्कीम पंजाब दे विच शुरू की थी, वो पहला श्रोमणी अकाली दल ने शुरू की थी, बाद दे विच ये हुण नैशनल स्कीम बनी है, पर पहला स्टेट दे विच शुरू करने वाली है श्रोमणी अकाली दल की सरकार ही थी। जो बादल साहब की 2007 की गवर्नमेंट आई है उदो ये श्रोमणी अकाली दल ने स्टेट दे विच शुरू की थी इस स्कीम। मैनू पता नहीं, मैं सर ता ही पूछ रहा सर, जी बिजली महंगी है उन्हें तो अकाली दल बोलूगा सर? जिदा अकाली दल पंजाब दे विच राज तो लांभे हुए जो 5 रुपए यूनिट बिजली थी, ओही कॉन्ट्रैक्टां ते असी 5 रुपए यूनिट लैने, अज 10 रुपए किदां होगी? तेल श्रोमणी अकाली दल दे टाइम डीजल पंजाब दे विच यूटी नालों 3 रुपए सस्ता हुंदा सी, अज किन्ना महंगा हो गया दस देण। मैं तो तुसी जिहड़े मर्जी मुद्दे ते आ जाओ जी, श्रोमणी अकाली दल ने कम कीता परफॉर्म कीता और असी अपनी परफॉर्मेंस लैके ही लोगों दे विच जाणा। अकाली दल कह सकदा 4 रुपए यूनिट बिजली देवांगे पंजाबियों नूं, कह सकदा
ਮੈਂ 4 ਰੁਪਏ ਜਿਆਦਾ ਅਸੀਂ ਆਲਰੇਡੀ ਕਹਿ ਚੁੱਕੇ ਹਾਂ ਜੀ ਕਿ ਜਿੱਦਣ ਅਸੀਂ ਸੱਤਾ ਦੇ ਵਿੱਚ ਆਵਾਂਗੇ ਬਿਜਲੀ ਦਾ ਰੇਟ ਅੱਧੇ ਕਰ ਦਾਂਗੇ ਅਸੀਂ ਤਾਂ ਆਲਰੇਡੀ ਕਹਿ ਚੁੱਕੇ ਹਾਂ ਤੁਸੀਂ ਸ਼ਾਇਦ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਨਹੀਂ ਸੁਣਿਆ ਹੋਣਾ ਉਹਨਾਂ ਨੇ ਦੋ ਚੀਜ਼ਾਂ ਕਲੀਅਰ ਕਰਤੀਆਂ ਕਿ ਬਿਜਲੀ ਦੇ ਰੇਟ ਅੱਧੇ ਤੇ ਸਬਜ਼ੀਆਂ ਦੇ ਉੱਤੇ ਤੁਹਾਨੂੰ MSP ਇਹ ਦੋ ਚੀਜ਼ਾਂ ਤਾਂ ਅਸੀਂ ਅੱਜ ਹੀ ਕਹਿ ਰਹੇ ਹਾਂ ਇਹ ਤੋਂ ਬਿਨਾਂ ਡਿਟੇਲ ਅਸੀਂ ਆਪਣਾ ਮੈਨੀਫੈਸਟੋ ਲੈ ਕੇ ਆਵਾਂਗੇ ਦੱਸਾਂਗੇ ਪੰਜਾਬੀਆਂ ਨੂੰ ਔਰ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਬਾਰੇ ਇੱਕ ਗੱਲ ਜਾਣਦੇ ਨੇ ਕਿ ਜੋ ਕਹਿਣਾ ਕਰਕੇ ਦਿਖਾਉਂਦੇ ਆ ਇਹ ਪਹਿਲਾਂ ਹੱਸਦੇ ਹੁੰਦੇ ਸੀ ਅਸੀਂ ਤਾਂ ਪਾਣੀ ਵਾਲੀ ਬੱਸ ਵੀ ਚਲਾਤੀ ਸੀ ਜਿਹੜੀ ਟੂਰਿਜ਼ਮ ਤੋਂ ਅੱਜ ਤੱਕ ਇਹਨਾਂ ਤੋਂ ਚੱਲੀ ਨਹੀਂ ਦੁਬਾਰਾ ਕਲੇਰ ਸਾਹਿਬ ਇਹ ਵਿਦ ਸਬਸਿਡੀ ਤੁਸੀਂ ਇਹ ਗੱਲ ਕਰ ਰਹੇ ਹੋ ਅੱਧੇ ਰੇਟ ਬਿਜਲੀ ਦੇ ਜਾਂ ਪਾਵਰ ਪਰਚੇਸ ਐਗਰੀਮੈਂਟ ਦਾ ਰਿਵਿਊ ਕਰਕੇ ਕਹਿ ਰਹੇ ਹੋ ਤੁਸੀਂ ਸਰ ਇਹ ਡਿਟੇਲਸ ਨੇ ਇਹ ਜਦੋਂ ਮੈਨੀਫੈਸਟੋ ਲੈ ਕੇ ਆਵਾਂਗੇ ਇਹ ਸਾਰਾ ਕੁਝ ਡਿਟੇਲਸ ਜਾਰੀ ਕਰ ਦਾਂਗੇ ਚਲੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਵਾਂ ਅੱਜ ਮੈਨੂੰ ਕੁਝ ਵੀ ਨਹੀਂ ਪਤਾ ਅੱਜ ਮੈਨੂੰ ਲੋਕਾਂ ਦੇ ਮੁੱਦਿਆਂ ਦਾ ਪਤਾ ਤੇ ਇਹਦੇ ਵਿੱਚ ਜਿਹੜੀ ਮੈਨੇਜਮੈਂਟ ਹੋ ਰਹੀ ਹੈ ਉਸ ਦਾ ਜ਼ਿਕਰ ਹੋ ਰਿਹਾ ਮੈਨੇਜ ਕਰਕੇ ਤੁਹਾਡੇ ਅੱਗੇ ਬਹੁਤ ਕੁਝ ਰੱਖਿਆ ਜਾਵੇਗਾ ਤੇ ਅਸੀਂ ਚਾਹੁੰਦੇ ਹਾਂ ਜਿਹੜਾ ਇਹ ਚੋਣ ਵਰਾ ਆਗਾਜ਼ ਹੋ ਚੁੱਕਿਆ ਜਿਸ ਦਾ ਉਸ ਦੇ ਵਿੱਚ ਮੈਨੇਜਮੈਂਟ ਤੁਹਾਨੂੰ ਪਹਿਲਾਂ ਸਮਝ ਆ ਜਾਵੇ ਤੇ ਜੇ ਤੁਹਾਨੂੰ ਮੈਨੇਜਮੈਂਟ ਸਮਝ ਆ ਗਈ ਤਾਂ ਫਿਰ ਮੁੱਦੇ ਤੁਹਾਡੇ ਅੱਗੇ ਪਏ ਹੋਣਗੇ ਤੇ ਤੁਸੀਂ ਇਹਨਾਂ ਮੁੱਦਿਆਂ ਤੇ ਇਹਨਾਂ ਤੋਂ ਸਵਾਲ ਜ਼ਰੂਰ ਪੁੱਛਣੇ ਆ ਇਸ ਲਈ ਮੈਂ ਕੋਸ਼ਿਸ਼ ਕਰ ਰਿਹਾ ਕੱਲਾ ਕੱਲਾ ਇਸ਼ੂ ਤੁਹਾਡੇ ਅੱਗੇ ਰੱਖਿਆ ਜਾਵੇ ਇਸ ਤੋਂ ਬਾਅਦ ਜਿਹੜੀ ਅਗਲੀ ਇਸ ਤੋਂ ਬਾਅਦ ਜਿਹੜੀਆਂ ਡਿਬੇਟਸ ਅਸੀਂ ਕਰਾਂਗੇ ਉਹਦੇ ਵਿੱਚ ਵਾਰ ਵਾਰ ਅਸੀਂ ਕੱਲੇ ਕੱਲੇ ਇਸ਼ੂ ਤੇ ਵੀ ਚਰਚਾ ਕਰਾਂਗੇ ਵਾਪਸ ਆ ਰਿਹਾ ਤੁਹਾਡੇ ਸਿੱਖੋ ਪੁੱਛ ਰਹੇ ਕਿਸਾਨ ਸੰਘਰਸ਼ ਵਿੱਚ ਕਿਰੀ ਸਿਆਸਤ ਕੋਲ ਪੰਜਾਬ ਲਈ 2022 ਦਾ ਪਲਾਨ ਕੀ ਰੋਪੜ ਸਾਹਿਬ ਵੈਸੇ ਤੁਸੀਂ ਸਲਾਹਕਾਰ ਨਵੇਂ ਰੱਖ ਲਿਆ ਸਰ ਮੇਰਾ ਫਰਜ਼ ਨਹੀਂ ਬਣਦਾ ਹੈਗਾ ਕਿ ਮੈਂ ਉਹ ਸਲਾਹ ਦੇਵਾਂ ਪਰ ਮੈਂ ਪੰਜਾਬੀਆਂ ਦੀ ਜੋ ਪੰਜਾਬ ਦੀ ਜਨਤਾ ਦੀ ਆਵਾਜ਼ ਆ ਸਰ ਤੁਹਾਡੇ ਅੱਗੇ ਰੱਖ ਰਹੇ ਹਾਂ ਕਿਉਂਕਿ ਤੁਸੀਂ ਅਕਸਰ ਥਰਮਲ ਪਲਾਂਟ ਬਾਰੇ ਜ਼ਿਕਰ ਕਰਦੇ ਰਹੇ ਨੇ ਰੋਪੜ ਸਾਹਿਬ ਸਰ ਤੁਸੀਂ ਬਿਜਲੀ ਦੇ ਰੇਟ ਜੇ ਘਟਾਤੇ ਨਾ ਰੋਪੜ ਸਾਹਿਬ ਮੈਨੂੰ ਲੱਗਦਾ ਪੰਜਾਬੀ ਤੁਹਾਨੂੰ ਵੋਟ ਪਾ ਦੂਗਾ ਸਰ ਮੈਨੂੰ ਨਹੀਂ ਪਤਾ ਕਿੰਨੇ ਪਰਸੈਂਟ 'ਚ ਪਾਊਗਾ ਪਰ ਪਾ ਦੂਗਾ ਰੋਪੜ ਸਾਹਿਬ ਕੁਝ ਸੋਚਿਆ ਸਰ ਰੇਟ ਘਟਾਉਣ ਬਾਰੇ ਮੈਂ ਜਿੰਨੀਆਂ ਵੀ ਸਾਡੇ ਪੈਨਲਿਸਟ ਸਹਿਬਾਨ ਨੇ ਗੱਲਾਂ ਰੱਖੀਆਂ ਮੈਨੂੰ ਲੱਗਦਾ ਵੀ ਮੈਨੂੰ ਤੁਸੀਂ 2 ਮਿੰਟ ਦੇ ਦਿਓ ਤਾਂ ਮੈਨੂੰ ਗੱਲ ਕਰਨੀ ਤਾਂ ਪਹਿਲਾਂ ਬਿਜਲੀ ਤੋਂ ਸ਼ੁਰੂ ਕਰ ਲਓ ਸਰ ਬਿਜਲੀ ਤੋਂ ਸ਼ੁਰੂ ਕਰ ਲਓ ਉਦੋਂ ਹਾਂ ਉਦੋਂ ਨਹੀਂ ਮੈਂ ਸਾਰਿਆਂ ਤੋਂ ਸ਼ੁਰੂ ਕਰੂੰਗਾ ਮੈਨੂੰ ਨਾ ਮੇਰੀਆਂ ਪ੍ਰਾਇੋਰਟੀਜ਼ ਨਾ ਬਣਾਓ ਕਿਉਂਕਿ ਮੈਨੂੰ ਇਹ ਸੀਗਾ ਜੇ ਬਿਜਲੀ ਤੋਂ ਸ਼ੁਰੂ ਕਰ ਲੈਂਦੇ ਬਾਕੀ ਕਰੰਟ ਤੁਸੀਂ ਪਾਸ ਆਨ ਕਰ ਦਿੰਦੇ ਹਾਂ ਬੋਲੋ ਅਸੀਂ ਇੰਨੇ ਇੰਟੈਲੀਜੈਂਟ ਕਿਉਂਕਿ ਅਸੀਂ ਰੱਖਾ ਰੁੱਟਾ ਲਾਇਆ ਹੁੰਦਾ ਸਾਨੂੰ ਉਹ ਗੱਲ ਕਰ ਬੋਲੋ 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 ਠੀਕ ਹੈ ਗੱਲ ਇਹ ਹੈ ਵੀ ਸਭ ਤੋਂ ਪਹਿਲੀ ਗੱਲ ਆ ਮੇਰੇ ਜਿਹੜੇ ਵੀਰ ਨੇ ਅਕਾਲੀ ਦਲ ਦੇ ਆਪਾਂ ਵਿਰੋਧੀ ਗੱਲ ਕਰ ਗਏ ਕਹਿੰਦੇ 12 ਦੇ ਵਿੱਚ ਤਾਂ ਸਾਡੀ ਡਿਵੈਲਪਮੈਂਟ ਕਰਕੇ ਵੋਟਾਂ ਪੈ ਗਈਆਂ 17 ਦੇ ਵਿੱਚ ਉਹ ਲੋਕ ਗਵਰਾ ਹੋ ਗਏ ਉਹੀ ਪੰਜਾਬ ਸੀ ਉਹੀ ਪੰਜਾਬ ਦੇ ਲੋਕ ਸੀ ਉਹ ਜੇ 12 ਚ ਤੁਹਾਡੀ ਗੱਲ ਉਹਨਾਂ ਨੂੰ ਸਮਝ ਪੈ ਗਈ ਜਾ ਕੇ 17 ਚ ਤੁਹਾਡੀ ਜਿਹੜੀ ਡਿਵੈਲਪਮੈਂਟ ਵਾਲੀ ਗੱਲ ਸਮਝ ਨਹੀਂ ਪਈ ਇਹ ਗੱਲ ਖੈਰ ਸਾਡੀ ਸਮਝ ਤੋਂ ਪਰੇ ਹੈ ਦੂਜੀ ਗੱਲ ਉਹ ਹੁਣ ਬੜੀਆਂ ਵਧੀਆ ਗੱਲਾਂ ਕਰਦੇ ਨੇ ਵੀ ਦੇਖੋ ਕਿਸਾਨੀ ਮੁੱਦਿਆਂ ਦੀ ਵੀ ਗੱਲ ਕਰਦੇ ਆ ਔਰ ਇਹੀ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਡਿਪਟੀ ਮੁੱਖ ਮੰਤਰੀ ਹੁੰਦੇ ਸੀ ਇਹੀ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਕੋਈ ਲੀਡਰਸ਼ਿਪ ਚੇਂਜ ਨਹੀਂ ਹੋਈ ਇਹ ਕਹਿੰਦੇ ਕਿਸਾਨ ਹੀ ਨਹੀਂ ਨਕਸਲੀਏ ਹੈ ਮੈਂ ਇਹਨਾਂ ਨੂੰ ਕਿਸਾਨ ਲੀਡਰ ਹੀ ਨਹੀਂ ਮੰਨਦਾ ਔਰ ਇਸ ਕਰਕੇ ਹੁਣ ਕਿਉਂਕਿ ਉਹ ਇਹ ਉਸ ਚੱਕਰ ਦੇ ਵਿੱਚ ਫਸ ਗਏ ਪਹਿਲਾਂ ਉਹੀ ਸਰਕਾਰ ਦੀ ਜਿਹੜੀ ਹੈ ਜਦੋਂ ਆਰਡੀਨੈਂਸ ਹੈ ਉਹਦੀ ਸਪੋਰਟ ਕਰਦੇ ਰਹੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਨਿਕਲਣ ਵਾਸਤੇ ਜਿਹੜਾ ਰਾਹ ਮਸਾ ਇਹਨਾਂ ਨੇ ਲੱਭਿਆ ਕਿਤੇ ਪਹਿਲਾਂ ਮਿਨਿਸਟਰੀ ਤੋਂ ਬਾਹਰ ਆਏ ਫਿਰ ਅਲਾਇੰਸ ਤੋਂ ਬਾਹਰ ਆਏ ਤੀਜੀ ਗੱਲ ਜਿਹੜੀ ਤੁਸੀਂ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕੀਤੀ ਸੀ ਇਹਨਾਂ ਨੇ ਮੇਰੇ ਖਿਆਲ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਆਪ ਵਾਲਿਆਂ ਨੇ ਵੀ ਸਪੋਰਟ ਲਈ ਹੈ ਔਰ ਜਿਹੜੀ ਅਕਾਲੀ ਦਲ ਨੂੰ ਮੌਕਾ ਲੱਗਦਾ ਇਹ ਵੀ ਕਰਦੇ ਤੀਜੀ ਗੱਲ ਪ੍ਰਸ਼ਾਂਤ ਕਿਸ਼ੋਰ ਨੂੰ ਸਰ ਮੇਰੀ ਮੈਂ ਤੁਹਾਡੀ ਗੱਲ 'ਚ ਬੋਲਿਆ ਹੀ ਨਹੀਂ ਨਾ ਜੀ ਪ੍ਰਸ਼ਾਂਤ ਕਿਸ਼ੋਰ ਜੀ ਦੀ ਗੱਲ ਹੈਗੀ ਆ ਉਹ ਇੱਕ ਐਡਵਾਈਜ਼ਰ ਰੱਖਿਆ ਉਹਦੇ ਕੋਈ ਉਹ ਤੋਂ ਜਿਹੜਾ ਕੀ CM ਸਾਹਿਬ ਨੇ ਕੰਮ ਲੈਣਾ ਉਹ ਉਹਨਾਂ ਨੇ ਦੇਖਣਾ ਔਰ ਬਾਕੀ ਗੱਲ ਜਿਹੜੀ ਮੈਂ ਇੱਕ ਗੱਲ ਜਿਹੜੀ ਬੜੇ ਵੱਡੇ ਪੱਧਰ ਤੇ ਤੁਸੀਂ ਇਹ ਬਿਜਲੀ ਦੀ ਗੱਲ ਕੀਤੀ ਹੈ ਮੈਂ ਹੁਣ ਬਿਜਲੀ ਦੀ ਗੱਲ 'ਤੇ ਆ ਜਾਂਦਾ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਹੁਣ ਅੱਧੇ ਰੇਟ ਦੀ ਨਹੀਂ ਗੱਲ ਕਰਦੇ ਉਹ ਤਾਂ ਕਹਿੰਦੇ ਵੀ ਮੈਂ ਤਾਂ ਜਦੋਂ ਡਿਪਟੀ ਮੁੱਖ ਮੰਤਰੀ ਸੀ ਉਹ ਭਾਸ਼ਣਾਂ 'ਚ ਕਹਿੰਦੇ ਆ ਵੀ ਲੋਕੋ ਤੁਸੀਂ ਕੁੰਡੀ ਲਾਉਂਦੇ ਸੀ ਮੈਂ ਤਾਂ ਰੋਕਦਾ ਹੀ ਨਹੀਂ ਸੀ ਮੇਰਾ ਰਾਜ ਅਜੇ ਕੁੰਡੀ ਲਾ ਲਿਓ ਇਹ ਤਾਂ ਕਹਿੰਦੇ ਤੁਸੀਂ 5 ਰੁਪਏ ਦੀ ਗੱਲ ਤਾਂ ਮੁਫ਼ਤ ਦਿੰਦੇ ਮੁਫ਼ਤ ਕਹਿੰਦੇ ਤਾਂ ਦੇਵਾਂਗੇ ਜਾਂ ਦਿੰਦੇ ਸੀ ਕਿਉਂਕਿ ਇਸ ਤਾਂ ਕੁੰਡੀ ਲਵਾਉਂਦੇ ਸੀ ਚੋਰੀ ਕਰਾਉਂਦੇ ਸੀ ਬਿਜਲੀ ਇਸ ਕਰਕੇ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੁੰਡੀ ਵਾਲੀ ਗੱਲ ਦਾ ਇਤਬਾਰ ਕਰੀਏ ਕਿ ਅੱਧੇ ਰੇਟ ਰੋਪੜ ਸਾਹਿਬ ਰੋਪੜ ਸਾਹਿਬ ਰੋਪੜ ਸਾਹਿਬ ਰੋਪੜ ਸਾਹਿਬ ਇੱਕ ਰੋਪੜ ਸਾਹਿਬ ਇੱਕ ਮਿੰਟ ਨਹੀਂ ਨਹੀਂ ਸਰ ਨਹੀਂ ਸਰ ਰੋਪੜ ਸਾਹਿਬ ਤੁਸੀਂ ਆਪਣੀ ਗੱਲ ਰੱਖ ਲਿਓ ਸਰ ਰੋਪੜ ਸਾਹਿਬ ਇਹਨਾਂ ਨੇ ਜੋ ਕੁਝ ਕੀਤਾ ਉਹ ਭੁਗਤੀ ਜਾਂਦੇ ਆ ਤੇ ਭੁਗਤਣਗੇ ਵੀ ਰੋਪੜ ਸਾਹਿਬ ਤੁਸੀਂ ਪਾਵਰ ਪਰਚੇਜ਼ ਐਗਰੀਮੈਂਟ ਇੱਕ ਮਿੰਟ ਸਰ ਸੁਣ ਲਓ ਪਾਵਰ ਪਰਚੇਜ਼ ਐਗਰੀਮੈਂਟ ਜੇ ਤੁਸੀਂ ਰਿਵਿਊ ਕਰਾ ਲੈਂਦੇ ਜੋ ਤੁਹਾਡੀ ਸਰਕਾਰ ਦੇ ਵਿੱਚ ਵਾਰ ਵਾਰ ਡਿਮਾਂਡ ਵੀ ਉੱਠਦੀ ਰੋਪੜ ਸਾਹਿਬ ਤੁਹਾਨੂੰ ਵੀ ਇਹ ਸਭ ਕੁਝ ਪਤਾ ਅੰਦਰ ਖਾਤੇ ਰੋਪੜ ਸਾਹਿਬ ਮੇਰਾ ਸਵਾਲ ਬਿਜਲੀ ਦਾ ਸਰ ਬਿਜਲੀ 'ਤੇ ਫੋਕਸ ਕਰ ਦਿਓ ਤੁਸੀਂ ਮੈਂ ਲੋਕਾਂ ਦਾ ਸਵਾਲ ਰੱਖ ਰਿਹਾ ਸਰ ਤੁਹਾਡੇ ਅੱਗੇ ਰੋਪੜ ਸਾਹਿਬ ਨਹੀਂ ਮੈਂ ਜਿਹੜੀ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਹੁਣ ਉਸੇ 'ਤੇ ਆ ਰਿਹਾ ਸੀਗਾ ਚਲੋ ਤੁਸੀਂ ਮੈਨੂੰ ਟੋਕਤਾ ਵੀ ਮੈਂ ਇਹ ਤਾਂ ਬਿਜਲੀ ਦੇ ਉਸ ਨੂੰ ਪੱਠਾ ਬਿਠਾਉਣ ਵਾਲਿਆਂ ਦੇ ਵਿੱਚੋਂ ਨੇ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਇੱਕ ਗੱਲ ਦਾ ਸਹਿਮਤ ਹਾਂ ਵੀ ਜਦੋਂ ਤੱਕ
ਪਰ ਜਦੋਂ ਤੱਕ ਉਹ ਪੀਪੀਏ ਰਿਵਿਊ ਨਹੀਂ ਹੁੰਦੇ ਬਿਜਲੀ ਸਸਤੀ ਹੋਣੀ ਬੜੀ ਮੁਸ਼ਕਲ ਹੈ ਇਹ ਕੋਈ ਕੁਛ ਕਹੀ ਜਾਵੇ ਇਸ ਕਰਕੇ ਮੈਂ ਤਾਂ ਇਕੱਲਾ ਬੜਾ ਇਸ ਗੱਲ ਦੇ ਵਿੱਚ ਮੈਂ ਕੋਈ ਇੱਥੇ ਉਹ ਨਹੀਂ ਹੈਗਾ ਵੀ ਮੈਂ ਇੱਥੇ ਆਪਣੀ ਗੱਲ ਤੇ ਲਿਪਾ ਪੋਤੀ ਕਰਕੇ ਜਾਵਾਂ ਉਹ ਜਦੋਂ ਤੱਕ ਪੀਪੀਏ ਰਿਵਿਊ ਨਹੀਂ ਹੁੰਦੇ ਉਦੋਂ ਤੱਕ ਬਿਜਲੀ ਦਾ ਸਸਤਾ ਹੋਣਾ ਨਾਮੁਮਕਿਨ ਹੈ ਠੀਕ ਟਵਾਣਾ ਸਾਹਿਬ ਤੁਸੀਂ ਵਾਰ ਵਾਰ ਸਰ ਦਿੱਲੀ ਮਾਡਲ ਦਾ ਜ਼ਿਕਰ ਕਰਦੇ ਹੋ ਅੱਜ ਤੁਸੀਂ ਨਹੀਂ ਕਰ ਰਹੇ ਕਿ ਮੈਨੂੰ ਵੀ ਚੰਗਾ ਲੱਗਿਆ ਦਿੱਲੀ ਮਾਡਲ ਸਰ ਪੰਜਾਬ 'ਚ ਲਾਗੂ ਵੀ ਨਹੀਂ ਹੋ ਸਕਦਾ ਟਵਾਣਾ ਸਾਹਿਬ ਪਰ ਜਿਸ ਤਰੀਕੇ ਨਾਲ ਉੱਥੇ ਤੁਸੀਂ ਬਿਜਲੀ ਸਸਤੀ ਕੀਤੀ ਹੈ ਸਬਸਿਡੀ ਵੀ ਦਿੱਤੀ ਹੈ ਟਵਾਣਾ ਸਾਹਿਬ ਇਹ ਫਾਰਮੂਲਾ ਪੰਜਾਬ ਵਿੱਚ ਲਾਗੂ ਹੋ ਸਕਦਾ ਮੈਂ ਸਾਰੇ ਐਸਪੈਕਟ ਨਾਲ ਗੱਲ ਕਰ ਰਿਹਾ ਟਵਾਣਾ ਸਾਹਿਬ ਪੋਲੀਟੀਕਲ ਵਿਲ ਨਾਲ ਵੀ ਅਤੇ ਫਾਈਨੈਂਸ਼ੀਅਲ ਜਿਹੜੀ ਪੰਜਾਬ ਦੀ ਸਥਿਤੀ ਹੈ ਉਸ ਹਿਸਾਬ ਨਾਲ ਗੱਲ ਕਰੀਓ ਸਰ ਇਹ ਨਾ ਕਹੀਓ ਕੇਜਰੀਵਾਲ ਕਰ ਸਕਦਾ ਅਤੇ ਬਾਕੀ ਵੀ ਕਰ ਦੇਣਗੇ ਸਰ ਇੱਦਾਂ ਨਹੀਂ ਟਵਾਣਾ ਸਾਹਿਬ ਪ੍ਰੈਕਟੀਕਲੀ ਦੱਸਿਓ ਜਿਹੜੀ ਬਿਜਲੀ ਦੀ ਗੱਲ ਸ਼ੁਰੂ ਕੀਤੀ ਹੈ ਨਾ ਬਿਜਲੀ ਹੈਲੋ ਬੋਲੋ ਜੀ ਬੋਲੋ ਬੋਲੋ ਟਵਾਣਾ ਸਾਹਿਬ ਸੁਣ ਰਹੇ ਹਾਂ ਸਰ ਦੇਖੋ ਬਿਜਲੀ ਦੇ ਸਮਝੌਤੇ ਕੀਤੇ ਸੀ ਬਾਦਲ ਸਰਕਾਰ ਨੇ ਕੀਤੇ ਸੀ ਉਹ ਕਿੰਨੇ ਮਹਿੰਗੇ ਕੀਤੇ ਨੇ ਉਹ ਆਪ ਸਾਰਿਆਂ ਦੇ ਆਪਣੇ ਸਾਹਮਣੇ ਹੈ ਦੇਖੋ ਮੈਂ ਵੀ ਦੰਨਾ ਹੈ ਇਹ ਕਹਿੰਦੇ 10 ਰੁਪਏ ਯੂਨਿਟ ਕਿੱਥੇ ਬਿਜਲੀ ਹੈ 9.5 ਰੁਪਏ ਤੋਂ ਉੱਪਰ ਜਾ ਕੇ ਬਿਜਲੀ ਦੀ ਯੂਨਿਟ ਪੈਂਦੀ ਹੈ ਪੰਜਾਬ ਦੇ ਵਿੱਚ ਅੱਜ ਕੱਲ੍ਹ ਦੇਖੋ ਦਿੱਲੀ ਵੀ ਕੋਈ ਦਿੱਲੀ ਦੇ ਆਪ ਦਿੱਲੀ ਜਿਹੜੀ ਸਰਕਾਰ ਹੈ ਬਿਜਲੀ ਪੈਦਾ ਨਹੀਂ ਕਰਦੀ ਹੈਗੀ ਉਹ ਵੀ ਪ੍ਰਾਈਵੇਟ ਜਿਹੜੇ ਹੈਗੇ ਪਲੇਅਰ ਨੇ ਉਹਨਾਂ ਕੋਲ ਬਿਜਲੀ ਖਰੀਦਦੇ ਨੇ ਜੇ ਉਹ ਬਿਜਲੀ ਖਰੀਦੇ 2 ਰੁਪਏ ਜਾਂ 2.5 ਰੁਪਏ ਦੇ ਸਕਦੇ ਲੋਕਾਂ ਨੂੰ ਤਾਂ ਪੰਜਾਬ ਵਾਲੇ ਕਿਉਂ ਨਹੀਂ ਦੇ ਸਕਦੇ ਪੰਜਾਬ ਦੇ ਤਾਂ ਭਾਖੜੇ ਕੋਲੋਂ ਹੀ ਸਾਨੂੰ ਸਸਤੀ ਬਿਜਲੀ ਮਿਲਦੀ ਹੈ ਸਾਡੇ ਕੋਲ ਆਪਣੇ ਥਰਮਲ ਨੇ ਹੈਗੇ ਉਹ ਤਾਂ ਸਾਰਾ ਕੁਛ ਜਿਹੜੀ ਬਿਜਲੀ ਹੈ ਦਿੱਲੀ ਸਰਕਾਰ ਦਾ ਖਰੀਦਦੀ ਹੈ ਨਾ ਪਰ ਫਿਰ ਵੀ ਬੜੇ ਲੋਕਾਂ ਨੂੰ ਜਾਇਜ਼ ਰੇਟ ਤੇ ਦੇ ਰਹੀ ਹੈ ਆਮ ਆਦਮੀ ਪਾਰਟੀ 2022 ਲਈ ਬਿਜਲੀ ਦਾ ਕੋਈ ਪ੍ਰੋਮਿਸ ਕਰ ਸਕਦੀ ਹੈ ਪੰਜਾਬ ਦੀ ਜਨਤਾ ਨਾਲ ਕਿੰਨੇ ਰੁਪਏ ਯੂਨਿਟ ਮਿਲ ਸਕਦਾ ਹੈ ਬਿਲਕੁਲ ਸਾਡਾ ਪ੍ਰੋਮਿਸ ਹੈ ਪੰਜਾਬ ਦੇ ਲੋਕਾਂ ਨਾਲ ਵੀ ਜਿਹੜੇ ਸਮਝੌਤੇ ਕੀਤੇ ਨੇ ਮਹਿੰਗੇ ਸਮਝੌਤੇ ਕੀਤੇ ਨੇ ਅਕਾਲੀ ਦਲ ਜਾਂ ਕਾਂਗਰਸ ਨੇ ਰੱਦ ਨਹੀਂ ਕੀਤੇ ਅਸੀਂ ਰੱਦ ਕਰਕੇ ਦੁਬਾਰਾ ਸਮਝੌਤੇ ਕਰਾਂਗੇ ਸਾਰੇ ਇਹ ਤੇ ਲੋਕਾਂ ਨੇ ਦੋ ਗੱਲਾਂ ਕਰਨੀਆਂ ਬਹੁਤਾ ਸਮਾਂ ਲੈਂਦਾ ਮੈਂ ਜੀ ਦੋ ਗੱਲਾਂ ਕਰਨੀ ਹੈ ਇੱਕ ਕਲੇਰ ਸਾਹਿਬ ਨੇ ਦੀ ਪਾਰਟੀ ਦੀ ਮੈਂ ਗੱਲ ਕਰਾਂਗਾ ਵੀ ਇਹ ਫੈਡਰਲ ਢਾਂਚੇ ਬਾਰੇ ਬਹੁਤ ਗੱਲ ਕਰਦੇ ਜਦੋਂ ਵੀ ਸਰਕਾਰ ਤੋਂ ਬਾਹਰ ਆ ਜਾਂਦੇ ਨੇ ਫਿਰ ਇਹਨਾਂ ਨੂੰ ਫੈਡਰਲ ਢਾਂਚਾ ਯਾਦ ਆ ਜਾਂਦਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਵਾਲੀ ਗੱਲ ਵੀ ਯਾਦ ਆ ਜਾਂਦੀ ਹੈ ਪਰ ਜਿੰਨੀ ਦੇਰ ਰਹਿੰਦੇ ਨੇ ਸਰਕਾਰ ਦੇ ਵਿੱਚ ਬਿਲਕੁਲ ਯਾਦ ਨਾਲ ਗੱਲ ਕਰਦੇ ਨੇ ਇਹਨਾਂ ਦੀ ਸੁਵਿਧਾ ਕੇਂਦਰਾਂ ਦੀ ਗੱਲ ਕਰੀਏ ਮੈਂ ਇੱਕ ਵਕੀਲ ਹਾਂ ਜਾਂ ਖੁਦ ਵੀ ਵਕੀਲ ਨੇ ਇਹ ਸੁਵਿਧਾ ਕੇਂਦਰ ਲੋਕਾਂ ਲਈ ਸੁਵਿਧਾ ਪੈਦਾ ਕਰ ਰਹੇ ਕੁਛ ਨੀ ਪਾ ਕਰ ਰਹੇ ਇੱਕ ਦੋ ਗੱਲਾਂ ਹੋਰ ਕਿਹੜੀ ਖੜ ਜਾਓ ਮੇਰੀ ਮੈਨੂੰ ਥੋੜਾ ਸਮਾਂ ਦੇ ਦਿਓ ਤੇ ਲੋਕ ਕਲੇਰ ਸਾਹਿਬ ਅਜੇ ਬਰਗਾੜੀ ਨੂੰ ਨੀ ਭੁੱਲੇ ਹੈਗੇ ਨਾ ਭੁੱਲਣੇ ਕਦੇ ਵੀ ਜਿਸ ਤਰ੍ਹਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਤੁਹਾਡੇ ਰਾਜ 'ਚ ਹੋਈਆਂ ਨੇ ਔਰ ਤੁਸੀਂ ਪੰਥ ਦਾ ਵਾਸਤਾ ਦੇ ਕੇ ਵੋਟਾਂ ਮੰਗਦੇ ਰਹੇ ਹੋ ਪੰਜਾਬ ਦੇ ਲੋਕ ਨਾ ਭੁੱਲੇ ਨਾ ਇਸ ਨੂੰ ਭੁੱਲਣਗੇ ਇਹਨੂੰ 2022 ਦੇ ਵਿੱਚ ਵੀ ਯਾਦ ਰੱਖਣਗੇ ਠੀਕ ਹੈ ਸਰ ਕੈਪਟਨ ਸਰਕਾਰ ਠੀਕ ਹੈ ਸਰ ਮੁੱਦਾ ਸੈਂਟੀਮੈਂਟਸ ਤੇ ਆ ਗਿਆ ਫਿਰ ਕਲੇਰ ਸਾਹਿਬ ਉਸ ਸੈਂਟੀਮੈਂਟਸ ਦੀ ਵਜ੍ਹਾ ਕਰਕੇ ਤੁਹਾਨੂੰ ਹਾਰ ਹੋਈ ਸੀਗੀ ਤੁਹਾਡੀ ਪਿਛਲੀਆਂ ਚੋਣਾਂ ਦੇ ਵਿੱਚ ਕਲੇਰ ਸਾਹਿਬ ਆਮ ਆਦਮੀ ਪਾਰਟੀ ਇਸ ਮੁੱਦੇ ਤੇ ਦੁਬਾਰਾ ਫੋਕਸ ਕਰਨ ਜਾ ਰਹੀ ਹੈ ਮੈਂ ਕੇਪੀ ਜੀ ਉਹੀ ਗੱਲ ਕਹਿਣਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਸੀ ਕਿ 2017 ਦੇ ਮੁੱਦੇ ਹੀ ਹੋਰ ਸੀ ਪ੍ਰਚਾਰ ਕੂੜ ਪ੍ਰਚਾਰ ਇਸ ਤਰੀਕੇ ਕੀਤਾ ਗਿਆ ਮੈਂ ਅੱਜ ਇੱਕ ਗੱਲ ਪੁੱਛਦਾ 4.5 ਸਾਲ ਕਾਂਗਰਸ ਦੀ ਸਰਕਾਰ ਨੂੰ ਹੋ ਗਏ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਇਹ ਦੱਸਣ ਕਿ 4.5 ਸਾਲ 'ਚ ਕੋਈ ਬੇਅਦਬੀ ਨਹੀਂ ਹੋਈ ਪੰਜਾਬ ਦੇ ਵਿੱਚ ਇਹਨਾਂ ਨੂੰ ਦਿਖੂਗੀ ਨਹੀਂ ਕਦੇ ਬਿਕੋਜ਼ ਡਰ ਸ਼੍ਰੋਮਣੀ ਅਕਾਲੀ ਦਲ ਦਾ ਟਾਰਗੇਟ ਉਹਨੂੰ ਕਰਨਾ ਕਾਂਗਰਸ ਦੇ ਰਾਜ ਦੀ ਬੇਅਦਬੀ ਦੀ ਗੱਲ ਨਹੀਂ ਚੱਕਣਗੇ ਔਰ ਰੋਪੜ ਸਾਹਿਬ ਦੀ ਜਿੱਥੇ ਮੈਂ ਗੱਲ ਕਰਾਂ ਰੋਪੜ ਸਾਹਿਬ ਵੀ ਉਸੇ ਗੱਲ ਤੇ ਜਦੋਂ ਕੋਈ ਗੱਲ ਆ ਜੇ ਆਰਡੀਨੈਂਸ ਸਟੇ ਕਰਤਾ ਗੱਲ 4.5 ਸਾਲ ਦਾ ਰਿਪੋਰਟ ਕਾਰਡ ਹੈ ਤੁਸੀਂ ਦੱਸੋ ਲੋਕਾਂ ਲਈ ਤੁਸੀਂ ਕੀ ਕੀਤਾ ਅਸੀਂ ਦੱਸਾਂਗੇ ਅਸੀਂ ਕੀ ਕੀਤਾ ਲੋਕ ਫੈਸਲਾ ਕਰਨਗੇ ਕਿ ਕਿਹਨੇ ਕੀਤਾ ਤੇ ਕੌਣ ਕਰੂਗਾ ਉਹਨੂੰ ਵੋਟ ਪਾ ਦੇਣਗੇ ਪਰ ਜਿਹੜੀ ਇਹ ਸੈਂਟੀਮੈਂਟ ਨਾਲ ਖੇਡ ਕੇ ਧਰਮ ਦੇ ਨਾਮ ਦੀ ਜਿਹੜੀ ਸਿਆਸਤ ਕਰਦੀਆਂ ਨੇ ਪਾਰਟੀਆਂ ਹੁਣ ਆਮ ਆਦਮੀ ਪਾਰਟੀ ਤਾਜ਼ੀ ਇਹ ਪਹਿਲਾਂ ਇਹਨਾਂ ਨੂੰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਕੇਜਰੀਵਾਲ ਤਾਂ ਕਹਿੰਦਾ ਸੀ ਵਿਕਰਮ ਮਜੀਠੀਆ ਚਿੱਟੇ ਦਾ ਵਪਾਰੀ ਹੈ ਫਿਰ ਮਾਫੀ ਕਿਉਂ ਮੰਗੀ ਉਦੋਂ ਸੰਜੇ ਸਿੰਘ ਕੋਰਟ ਦੇ ਵਿੱਚੋਂ ਇਸੇ ਗੱਲ ਤੇ ਆਪਣੀ ਸਟੇਟਮੈਂਟ ਰਿਕਾਰਡ ਕਰਾਏ ਬਿਨਾਂ ਕਿਉਂ ਭੱਜਿਆ ਜੇ ਏਡੇ ਸੱਚੇ ਸੀ ਸੋ ਸੈਂਟੀਮੈਂਟ ਤੇ ਝੂਠ ਨੂੰ ਕਰਨਾ ਬੰਦ ਕਰੋ ਪਰਫਾਰਮੈਂਸ ਤੇ ਆਓ ਕੀ ਕਰੋਗੇ ਕੀ ਕੀਤਾ ਲੋਕਾਂ 'ਚ ਦੱਸੋ ਔਰ ਲੋਕਾਂ ਨੂੰ ਪਰਫਾਰਮੈਂਸ ਦੇ ਉੱਤੇ ਵੋਟਿੰਗ ਕਰਨ ਦਿਓ ਠੀਕ ਹੈ ਇੱਕ ਛੋਟਾ ਹੋਰ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਅੱਗੇ ਤੁਹਾਡੇ ਸਵਾਲ ਰੱਖੇ ਜਾਣ ਅਤੇ ਉਹਨਾਂ ਦਾ ਜਵਾਬ ਇਹਨਾਂ ਲੀਡਰਾਂ ਤੋਂ ਲਿਆ ਜਾਵੇ ਪੰਜਾਬ ਵਿੱਚ ਕੌਣ ਕੀ ਕਰੇਗਾ ਮੈਨੇਜ ਧਿਆਨ ਨਾਲ ਸਾਰੀ ਚਰਚਾ ਮੈਂ ਸੁਣਿਆ ਕਰੋ ਇਸ ਤੋਂ ਬਾਅਦ ਜਿਹੜੇ ਸਾਲ ਭਰ ਸਾਰੀਆਂ ਚਰਚਾਵਾਂ ਹੋਣੀਆਂ ਇਲੈਕਸ਼ਨ ਤੱਕ ਉਹ ਸਾਰੇ ਮੁੱਦਿਆਂ 'ਤੇ ਫੋਕਸ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵਾਪਸ ਆ ਰਹੇ ਹਾਂ ਕਿਸਾਨ ਸੰਘਰਸ਼ ਵਿਖੇ ਸਿਆਸਤ ਕੋਲ ਪੰਜਾਬ ਲਈ 2022 ਦਾ ਪਲਾਨ ਕੀ ਹੈ ਉਹ ਸਾਰੇ ਪਲਾਨ ਅਸੀਂ ਇਹਨਾਂ ਤੋਂ ਪੁੱਛ ਰਹੇ ਹਾਂ ਡਾਟਾ ਕਰੋ ਸਰ ਇੱਕ ਚੀਜ਼ ਮੈਨੂੰ ਥੋੜ੍ਹੀ ਸਾਫ਼ ਕਰ ਦਿਓ ਇਸ ਆਖਰੀ ਹਿੱਸੇ ਵਿੱਚ ਅਸੀਂ ਪਿਛਲੀ ਵਾਰ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਉਹ ਬੇਅਦਬੀ ਦੇ ਮੁੱਦੇ 'ਤੇ ਬਹੁਤ ਸਾਰਾ ਕੁਛ ਨਿਰਭਰ ਕਰਦਾ ਸੀਗਾ ਡਾਟਾ ਕਰੋ
सेंटीमेंट्स नू लै के सियासत हमेशा लोगों दी भावनावां नू चैक करती रहती है कि नब्ज़ कितनी चलती है कितने चलती जाके। डॉक्टर गर्ग, इस वक्त किसान संघर्ष का मुद्दा तो सेंटीमेंट्स के जो मुद्दे है कि वह किसान संघर्ष के मुद्दे के थले रहेंगे या बराबर बराबर चलेंगे? डॉक्टर गर्ग देखो पहली गल मैं होना तो मोटी जी एक लाइन च कहना हो किसान संघर्ष का मुद्दा उत्ते रहेगा तो सेंटीमेंट थले रहेगा, ये नहीं भी सेंटीमेंट जीरो है, पर तीन वक्त बैठे ने पोलीटिकल पार्टियां के, इन्होंने सिर्फ एक गल के उत्ते जरूर बेसिक फोकस कर कि बिजली सस्ती तो हो जे वह बिजली समझौते ने जोड़े उन्होंने उत्ते नज़रसानी करी जाए, अदरवाइज शायद ये मुश्किल होगी। पर इन्हें भी असं आटा दाल जी, असी बिजली सस्ती करनी है जी, असी फलानी चीज़ सस्ती करनी है जी, सियासत की है? सियासत नहीं है, असी आह चीज़ दे देंगे, असी फलानी चीज़ दे देंगे, 19 लाख पेंशन, जे 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 करप्शन भी सिस्टम च करप्शन बड़ी वड्डी है, आप वाले ने करप्शन का बड़ा वड्डा मुद्दा लिया, 19 लाख पेंशनर ने पंजाब दे विच जिहड़े ये लेंदे ने बुढ़ापा पेंशन, विधवा पेंशन, न्यासरा पेंशन, हैंडीकैप पेंशन, कांग्रेस ने आइडेंटीफाई कर ले भी तो 16 लाख सके, 3 लाख तो झूठे सके, पर पेंशन तो 19 लाख की हो जाती रही है, फिर आइडेंटीफाई करने क्यों टाइम लाया जी? स्कॉलरशिप नहीं, वो कितने गया? वो पैसा तुम मैनेज क्यों नहीं कर रहे? बजट तो क्यों नहीं मैनेज हो रहा? तुम कर्जा लेके बजट चला रहे हो, हालांकि केंद्र भी यही कुछ कर रहा है, 34,83,000 करोड़ के बजट के 15,08,000 करोड़ कर्जा ले रहे हैं, 1,75,000 करोड़ जायदादा बेच रहे हैं, 16,83,000 करोड़ रुपया रफली अद्धा बजट है जोड़ा वो तो वह लै रहे हैं कर्जे और जायदाद बेच के, उस तो जो बाकी रह गया 18 लाख करोड़ जो तकरीबन 30% बजट है जोड़ा वो कल पेट्रोल डीजल से एक्सट्रा ड्यूटी लै रहे हैं, ईडी के राही लै रहे केंद्र 5,50,5,00,000 करोड़ रुपया ईडी के डीजल पेट्रोल गैस जा रहा। हूँ जब तुम इन गलों देखते नहीं, जब तुम सेंटर के वजह तो गल्ला लिंक हो जाने ठीक है, स्टेट की स्कीम भी होंगी है, जिन्या जगह फूड सिक्योरिटी स्कीम, न्यूट्रिशन स्कीम्स, ये केंद्र नाल लिंकड ने, केंद्र ने 4,53,000 करोड़ तो 4,33,000 करोड़ तो 2,51,000 करोड़ का बजट करता, केंद्र ने तो गैस की सबसिडी का 3,300 करोड़ के घटा के 33,000 करोड़ तो घटा के 12,000 करोड़ करता, केंद्र ने तो रूरल इंफ्रास्ट्रक्चर का बजट का बुरा हाल करता, केंद्र ने तो जो यूरिए उत्ते सबसिडी से अद्धी करती, केंद्र ने तो जोड़े न्यूट्रिशन जोड़े नाइट्रोजनस जोड़े है फर्टिलाइजर उन्होंने अद्धी करती। सो सानू दोनों गलों देख के अज पंजाब के मुद्दों के उत्ते रुजगार देना है, रुजगार च मनरेगा की कोई गल नहीं कर रहा, ग्राम पंचायतों के राही किमें लोगों को एम्पावर कराया जाए, किमें लोग आपके असासियों उत्ते सामने की कोई गल नहीं कर रहा, इन्होंने कहता कांग्रसियों ने भी असं एम एस सी के अंडर 1,50,000 करोड़ 1,50,000 एकड़ जी जमीन है कहने उन्होंने लैंड पूलिंग अंदर जी माड़ी मोटी पिंडा को सस्ते हैं जिदे राही शेड्यूल्ड कास्टा घर दिते जा सकते हैं 5 मरले के, जिदे राही 1/3 जमीन के उत्ते खेती करके अपना गुजारा चला सकते हैं, जिन्हें गरीब किसान जी को जमीन थोड़ी है ठेके से लैके सांझी जमीन उद्दे उत्ते खेती करके गुजारा चला सकता है, वह कहते नहीं नहीं इस तरह असी। सो पालसियां के लैवल के उत्ते जब असी देखते हैं भी साढ़े इकोनमी की है, साड़ी वड्डी रूरल इकोनमी है, असी रूरल इकोनमी किवें एडवांस करना है वो कहने की बजाय असी कहने असी आह चीज़ मुफ्त दे देंगे, आह सस्ती कर देंगे, आ बस का किराया सस्ता कर देंगे, फलाना कर देंगे, ये नहीं जो होना। इन्होंने 5 बजट इन्होंने पहला अकाली दल पेश करता है, ठीक है, मैं कदे बजट के एक्सरसाइज नहीं देखी जिदे जिते फालतू खर्चे हो रहे हैं जिदी जमा ही लोड़ नहीं वो कदे बंद करने की कोशिश करी हो, सिर्फ वो मक्खी तो मक्खी भी आज के इन्ना सी होना इन्ना पा दो हूँ मैं बजट के इनवॉल्व भी ना ठीक वो देखो जब पता लगता भी ये तो सारा ही जिमें कहें लीर की खिदो है पटारा यह जहाँ भी जितों खोलोगे उत्थे सप्प निकलता है, ठीक है। सो जद तक तुम पोलिटिकली फैसला नहीं करते कि असी एग्रीकल्चर मार्केटिंग व्यापार तो वड्डी इंडस्ट्री तो छोटी इंडस्ट्री लघु उद्योग इन्हों का बैलेंस किमें करना है ये उत्ते पोलीटिकली सिर जोड़ के नहीं बैठ के फैसले कर दे। दूजी गल जिहड़े लोगों के ह्यूमन राइट्स ने ते सेंटीमेंटल मुद्दे उहदे विच शामिल ने धार्मिक राइट्स ने चाहे मिनोरिटी ने चाहे मेजोरिटी ने उन्हों का किमें रिजॉल्व करना है वो प्रॉब्लम आईया हुई ने रिजॉल्व किमें करना है असी एक दूजे को मेहनत देने एक दूजे की कमजोरी दिखाते ठीक है कमजोरी भी दिखाओ ठीक है मेहनत भी दो पर एट दी सेम टाइम एक पॉजिटिव सोल्यूशन एक गल मैं जरूर दस देवगा इन्ह तिना पार्टियां ने जो नुमाइंदे बैठे ने चौथी का इतने है नहीं कि 115 MLA जब किसानी मुद्दे के उत्ते कट्ठे होकर जाते हैं गवर्नर साहब के कोल उदो इन्होंने दिखाता भी पंजाब ए खड़ा हो सकता है ठीक पर इतने गवर्नर साहब के एड्रेस का चाहे किसी ने घरों करने की कोशिश करी चाहे कुछ करे
ਅੱਜ ਗਵਰਨਰ ਸਾਹਿਬ ਨੂੰ ਜਾ ਕੇ ਇਹ ਨਹੀਂ ਮਿਲ ਸਕੇ ਸਾਰੇ ਇਕੱਠੇ ਹੋ ਕੇ ਕਿ ਜਨਾਬ ਤੁਹਾਨੂੰ ਤਾਂ ਵੇਟ ਆਪਦੇ ਕੋਲ ਰੱਖਣ ਦਾ ਅਧਿਕਾਰ ਹੀ ਨਹੀਂ ਸੀ, ਤੁਸੀਂ ਆਪਦੇ ਕੋਲ ਕਿਵੇਂ ਰੱਖੇ? ਜਾਂ ਤੁਸੀਂ ਸਾਡੇ ਕੋਲ ਵਾਪਸ ਕਰਦੇ, ਅਸੀਂ ਮੁੜ ਕੇ ਪਾਸ ਕਰ ਦਿੰਦੇ ਤੁਹਾਨੂੰ, ਜਾਂ ਤੁਸੀਂ ਉੱਤੇ ਭੇਜਦੇ, ਤੁਹਾਡੇ ਕੋਲ ਤਾਂ ਇਹਦਾ ਅਧਿਕਾਰ ਹੀ ਨਹੀਂ ਸੀ, ਤੁਸੀਂ ਰੱਖੀ ਕਿਵੇਂ ਬੈਠੇ ਰਹੇ? ਤੁਸੀਂ ਗਵਰਨਰ ਦੀ ਆਪਦੀ ਡਿਊਟੀ ਨਹੀਂ ਨਿਭਾਈ, ਸਾਡੀਆਂ ਸਾਰੀਆਂ 115 MLA, 4 ਪੋਲੀਟੀਕਲ ਪਾਰਟੀਆਂ ਦੀ ਤੁਸੀਂ ਸਾਡੀ ਇਨਸਲਟ ਕਰੀ ਹੈ, ਠੀਕ ਹੈ, ਕਿਉਂ ਨਹੀਂ ਗਏ? ਠੀਕ ਹੈ ਸਰ, ਠੀਕ ਹੈ, ਬਹੁਤ ਬਹੁਤ ਇੰਪੋਰਟੈਂਟ ਸਵਾਲ ਹੈ ਰੋਪੜ ਸਾਹਿਬ, ਇੱਕ ਲਾਈਨ ਦੇ ਵਿੱਚ ਮੈਨੂੰ ਤੁਹਾਡਾ ਜਵਾਬ ਚਾਹੀਦਾ ਹੈ। ਆਰਥਿਕ ਤੌਰ 'ਤੇ ਪੰਜਾਬ ਨੂੰ ਕਿਵੇਂ ਮਜ਼ਬੂਤ ਕਰਨਾ, ਪੰਜਾਬ ਨੂੰ ਕਰਜ਼ੇ ਤੋਂ ਕਿਵੇਂ ਮੁਕਤ ਕਰਨਾ, ਇਸ ਦਾ ਕੋਈ ਪਲਾਨ ਤੁਹਾਡੇ ਕੋਲ ਹੈਗਾ, ਤੁਹਾਡੀ ਪਾਰਟੀ ਕੋਲ ਸਰ? ਰੋਪੜ ਸਾਹਿਬ ਦੇਖੋ, ਗੱਲ ਇਹ ਹੈ ਕਿ ਪੀ ਜੀ, ਸ਼ਾਇਦ ਜੇ ਤੁਸੀਂ ਪਿਛਲੇ 4 ਸਾਲ ਦੇ ਇਤਿਹਾਸ 'ਚ ਦੇਖੋਗੇ, 3 ਸਾਲ ਬਾਅਦ ਜਿਹੜਾ ਬਜਟ ਸਾਡਾ ਸੀਗਾ ਉਹ ਅਸੀਂ ਸਰਪਲਸ ਕਰ ਲਿਆ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ, ਠੀਕ ਆ। ਕੋਵਿਡ ਆ ਗਿਆ, ਕੋਵਿਡ ਕਰਕੇ ਸਾਡਾ ਜਿਹੜਾ ਅਗਲਾ ਪਲਾਨ ਸੀ ਉਹ ਚੌਪਟ ਹੋਇਆ, 1 ਸਾਲ ਜਿਹੜਾ ਕੋਵਿਡ ਚਲਾ ਗਿਆ, ਇਸ ਕਰਕੇ ਬਿਲਕੁਲ ਸਾਡੇ ਕੋਲ ਹੈਗਾ। ਅਸੀਂ ਆਪਣੇ ਸਾਡੇ ਖਜ਼ਾਨਾ ਮੰਤਰੀ ਸਾਹਿਬ ਨੇ, ਸਾਡੇ ਮੁੱਖ ਮੰਤਰੀ ਸਾਹਿਬ ਨੇ ਉਸ ਨੂੰ ਬਿਲਕੁਲ 3 ਸਾਲ ਬਾਅਦ ਜਿੰਨੀ ਓਵਰ ਡਰਾਫਟਿੰਗ ਹੁੰਦੀ ਸੀ ਔਰ ਉਹ ਸਾਰੀ ਨੂੰ ਖਤਮ ਕਰਕੇ ਜਿਹੜਾ ਹੈਗਾ ਬੋਰਡ। ਰੋਪੜ ਸਾਹਿਬ, ਖਜ਼ਾਨਾ ਮੰਤਰੀ ਸਾਹਿਬ ਦੇ ਪਹਿਲੇ ਬਜਟ ਦਾ ਜਿਹੜਾ ਬਿਆਨ ਸੀਗਾ, GST ਪੰਜਾਬ ਨੂੰ ਤਾਰ ਦੂਗਾ, ਉਹ ਬਿਆਨ ਤੁਹਾਨੂੰ ਯਾਦ ਹੈ ਰੋਪੜ ਸਾਹਿਬ ਕਿ ਭੁੱਲ ਗਏ? ਮੈਂ ਕਹਿੰਦਾ ਜੀ ਬਿਲਕੁਲ ਪੰਜਾਬ ਨੂੰ ਆਰਥਿਕ ਤੌਰ ਤੇ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ, ਆਮ ਆਦਮੀ ਪਾਰਟੀ ਕੋਲ ਕੋਈ ਪਲਾਨ ਹੈਗਾ ਸਰ? ਬਿਲਕੁਲ ਹੈ ਜੀ, ਦੇਖੋ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਮਾਫੀਆ ਰਾਜ ਦੀ ਹੈ। ਪਿਛਲੇ ਕਿੰਨੇ ਸਾਲਾਂ ਤੋਂ ਆਪਾਂ ਲਗਾਤਾਰ ਦੇਖਦੇ ਆ ਰਹੇ ਹਾਂ, ਉਸ ਤਰ੍ਹਾਂ ਰੇਤ ਦਾ ਮਾਫੀਆ ਕੰਮ ਕਰ ਰਿਹਾ, ਉਸ ਤਰ੍ਹਾਂ ਸ਼ਰਾਬ ਮਾਫੀਆ ਕੰਮ ਕਰ ਰਿਹਾ। ਤੁਸੀਂ ਦੇਖੋ ਪੰਜਾਬ ਸਭ ਤੋਂ ਹਿੰਦੁਸਤਾਨ 'ਚ ਜ਼ਿਆਦਾ ਜਿਹੜੀ ਹੈ ਖਪਤ ਸ਼ਰਾਬ ਦੀ ਪੰਜਾਬ 'ਚ ਹੁੰਦੀ ਹੈ, ਅਤੇ ਆਮਦਨ ਵੀ ਸਭ ਤੋਂ ਘੱਟ ਸਾਨੂੰ ਹੈ। ਇਹਦੇ ਕਾਰਨ ਕੀ ਨੇ? ਸਾਡੀ ਪੋਲਿਸੀ ਗਲਤ ਹੈ ਬਿਲਕੁਲ। ਇਸ ਤਰ੍ਹਾਂ ਰੇਤ ਦੇ ਵਿੱਚ ਨੇਰ ਕਰਦੀ ਹੈ, ਸਾਰੇ ਸਿਆਸਤਦਾਨ ਰੇਤੇ ਦੀਆਂ ਖੱਡਾਂ ਲਈ ਬੈਠੇ ਨੇ, ਸਾਰੇ ਦਾ ਸਾਰਾ ਰੇਤੇ ਦਾ ਪੈਸਾ ਉਹਨਾਂ ਦੀ ਜੇਬਾਂ ਜਾ ਰਿਹਾ। ਪੰਜਾਬ ਦੇ ਵਿੱਚ ਬਹੁਤ ਕੁਛ ਹੈ ਕਰਨ ਵਾਲਾ, ਸੋਰਸ ਵਧਾਉਣ ਲਈ, ਇਨਕਮ ਵਧਾਉਣ ਲਈ ਬਹੁਤ ਕੁਛ ਕਰਨ ਵਾਲੀ ਲੋੜ ਹੈ, ਪਰ ਸਰਕਾਰ ਨੇ ਆਪਣੇ ਖਰਚੇ ਇੰਨੇ ਜ਼ਿਆਦਾ ਵਧਾਏ ਨੇ। ਤੁਸੀਂ ਮੈਂ ਇੱਕ ਤੁਹਾਨੂੰ ਨਿੱਜੀ ਆਪਣੀ ਗੱਲ ਦੱਸਦਾ, ਇਕੱਲਾ 5 ਵਾਰ MLA ਵਰਗਾ 5 ਪੈਨਸ਼ਨਾਂ ਲੈ ਰਿਹਾ, 7 ਵਾਰ ਬਣ ਗਿਆ 7 ਪੈਨਸ਼ਨਾਂ ਲੈ ਰਿਹਾ, ਬਾਦਲ ਸਾਹਿਬ 10 ਪੈਨਸ਼ਨਾਂ ਲੈ ਰਹੇ ਨੇ, ਇਹ ਕਿੱਥੋਂ ਦੀ ਦਿਆਨਤਦਾਰੀ ਹੈ, ਕਿੱਥੋਂ ਦੀ ਜਵਾਬ ਦੇ ਦੋ ਸਰ, ਪੰਜਾਬ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਕੀ ਸਿਆਸੀ ਲੀਡਰਾਂ ਦੀ ਪੈਨਸ਼ਨ ਦੇ ਵਿੱਚ ਕਟੌਤੀ ਕੀਤੀ ਜਾਵੇ, ਉਹਨਾਂ ਦੇ ਭੱਤਿਆਂ ਦੇ ਵਿੱਚ ਕਟੌਤੀ ਕੀਤੀ ਜਾਵੇ, ਕੋਈ ਹੋਰ ਤੁਹਾਡੇ ਕੋਲ ਰਾਹ ਹੈਗਾ? ਕਲੀਅਰ ਸਾਹਿਬ, ਮੈਂ ਇਸੇ ਸਵਾਲ 'ਤੇ ਆ ਜਾਂਦਾ ਫਿਰ। KP ਜੀ, ਪੰਜਾਬ ਨੇ ਆਰਥਿਕ ਤੌਰ 'ਤੇ ਮਜ਼ਬੂਤ ਹੋਣਾ ਪਾਲਿਸੀਆਂ ਦੇ ਨਾਲ, ਜਿਹੜੀ ਗੱਲ ਹੁਣੀ ਟਵਾਣਾ ਸਾਹਿਬ ਨੇ ਕਹੀ ਹੈ, ਪੰਜਾਬ ਦੇ ਵਿੱਚ ਐਕਸਾਈਜ਼ ਪਾਲਿਸੀ ਜਿਹਨੇ ਪੰਜਾਬ ਨੂੰ ਅੱਜ ਦੇ ਦਾ ਸਭ ਤੋਂ ਵੱਡੀ ਸੱਟ ਮਾਰੀ ਹੈ, ਜਾਲੀ ਸ਼ਰਾਬ ਦੀਆਂ ਫੈਕਟਰੀਆਂ, ਇਹ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਐਕਸਾਈਜ਼ ਦੀ ਤੁਸੀਂ ਆਮਦਨ ਦੇਖ ਲਓ ਅਤੇ ਹੁਣ ਦੇਖ ਲਓ, ਅੱਧੋ ਅੱਧ ਦਾ ਫਰਕ ਪੈ ਚੁੱਕਿਆ, ਔਰ ਇਹ ਪਹਿਲੀ ਵਾਰੀ ਹੋਣਾ ਕਿ ਇਸ ਦੀ ਆਮਦਨ 25% ਘੱਟਦੀ ਜਾ ਰਹੀ ਹੈ, ਹਰ ਵਾਰੀ ਘੱਟਦੀ ਹੈ। ਇਹ ਰੋਪੜ ਸਾਹਿਬ ਬਿਲਕੁਲ ਫੈਕਟਸ ਦੇ ਉੱਤੇ ਗੱਲ ਨਹੀਂ ਕਰ ਰਹੇ। ਮੈਂ ਫਿਰ ਦੁਬਾਰਾ ਕਹਿੰਦਾ ਕਿ 10 ਸਾਲ ਦੇ ਵਿੱਚ ਡਿਵੈਲਪਮੈਂਟ ਕੀਤੀ, ਤਨਖਾਹਾਂ ਵੀ ਦਿੱਤੀਆਂ, ਔਰ ਠੀਕ ਹੈ ਜਿਸ ਤਰ੍ਹਾਂ ਵੀ ਸੂਬਾ ਸੀਗਾ, ਇਹਨਾਂ ਵਾਂਗੂ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਨਹੀਂ ਕਿਹਾ। ਕਲੀਅਰ ਸਾਹਿਬ, ਕਲੀਅਰ ਸਾਹਿਬ, ਮਾਫੀਆ ਰਾਜ ਹੈਗਾ ਪੰਜਾਬ 'ਚ, ਉਹ ਮਾਫੀਆ ਵਾਰ ਵਾਰ ਟਾਰਗੇਟ ਕਰਦੇ ਪਏ ਆਮ ਆਦਮੀ ਪਾਰਟੀ। KP ਜੀ, ਹੁਣ ਤਾਂ ਤੁਹਾਡੇ ਸਾਹਮਣੇ ਹੈ ਜੋ ਤਰਨ ਤਾਰਨ ਦੇ ਵਿੱਚ ਸ਼ਰਾਬ ਪੀ ਕੇ ਬੰਦੇ ਮਰੇ, ਰਾਜਪੁਰੇ ਸ਼ਰਾਬ ਦੀ ਫੈਕਟਰੀ, ਇਹ ਸਾਰਾ ਇਹ ਮਾਫੀਆ ਹੀ। ਸਰ ਕਿੰਨੇ ਸਾਲ ਤੋਂ ਹੈ ਕਲੀਅਰ ਸਾਹਿਬ, ਕਿੰਨੇ ਸਾਲ ਤੋਂ ਹੈ ਮਾਫੀਆ ਰਾਜ ਪੰਜਾਬ 'ਚ, ਕਿੰਨੇ ਸਾਲ ਤੋਂ ਹੈ? 2017 ਤੋਂ ਬਾਅਦ ਮਾਫੀਆ ਰਾਜ ਨੇ ਇੱਕਦਮ ਸ਼ੂਟ ਫੜੀ ਜੀ ਪੰਜਾਬ ਦੇ। ਹਾਂ, ਡਟ ਕਰਕੇ ਇੱਕ ਆਖਰੀ ਸਵਾਲ, ਮਾਫੀਆ ਰਾਜ ਕਦੋਂ ਤੋਂ ਹੈ ਪੰਜਾਬ 'ਚ, ਡਟ ਕਰਕੇ ਇੱਕ ਲਾਈਨ ਵਿੱਚ ਜਵਾਬ ਦਿਓ ਪਲੀਜ਼। ਪੰਜਾਬ 'ਚ ਮਾਫੀਆ ਰਾਜ ਤਾਂ ਘੱਟੋ ਘੱਟ, ਜੇ ਜ਼ਿਆਦਾ ਹੈ ਮਾਫੀਆ ਰਾਜ ਜਿਹੜਾ ਹੋਇਆ ਹੈ, ਉਹ ਤਾਂ ਪਿਛਲੇ 20 ਸਾਲ ਤੋਂ ਚੱਲ ਰਿਹਾ, 2 ਦਹਾਕਿਆਂ ਤੋਂ ਤਾਂ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਿਆ, ਚਾਹੇ ਉਹ ਐਜੂਕੇਸ਼ਨ ਮਾਫੀਆ, ਚਾਹੇ ਉਹ ਸੈਂਡ ਮਾਫੀਆ, ਚਾਹੇ ਉਹ ਡਿਕਰ ਮਾਫੀਆ, ਚਾਹੇ ਉਹ ਚੁੰਗੀ ਇਹਦਾ ਜਿਹੜਾ ਟੈਕਸ ਚੋਰੀ ਮਾਫੀਆ, ਟੈਕਸ ਚੋਰੀ ਵੀ ਬੜਾ ਵੱਡਾ ਮਾਫੀਆ ਬਣਿਆ ਹੋਇਆ, ਠੀਕ ਹੈ ਠੀਕ, ਚਾਹੇ ਉਹ ਐਜੂਕੇਸ਼ਨ ਦਾ ਮਾਫੀਆ, ਹਰ ਪਾਸੇ ਤੁਹਾਨੂੰ ਹੈਲਥ ਦਾ ਮਾਫੀਆ ਹੈ, ਮਾਫੀਏ ਬੜੇ ਵੱਡੇ ਵੱਡੇ ਬਣਦੇ ਗਏ ਨੇ, ਕਿਉਂਕਿ ਪ੍ਰਾਈਵੇਟਾਈਜੇਸ਼ਨ ਕਰਕੇ ਉਹ ਮਾਫੀ ਹੀ ਨੇ, ਚਾਹੇ ਠੀਕ ਹੈ ਸਰ, ਠੀਕ ਲਾਈਨ 'ਚ ਮੈਂ ਗੱਲ ਕਹਾਂਗਾ ਜਿਹੜੀ ਕਲੀਅਰ ਸਾਹਿਬ ਨੇ ਕਹੀ, ਆਪਾਂ ਥੋੜ੍ਹੀ ਜਿਹੀ ਫੈਕਟ ਦੇ ਉੱਤੇ ਧਿਆਨ ਰੱਖਿਆ ਕਰੀਏ, ਜਾਂ ਤਾਂ ਫਿਰ ਸਰਕਾਰ ਦੇ ਅੰਕੜੇ ਗਲਤ ਨੇ। ਜਿਹੜਾ ਐਕਸਾਈਜ਼ ਦਾ ਇਨਕਮ ਹੈ ਸਰਕਾਰ ਦੇ
ਡਾਕੂਮੈਂਟਸ ਦੇ ਵਿੱਚ ਛਪੀ ਹੋਈ ਹੈ ਉਹ ਜਿਹੜੀ ਸਰਕਾਰ ਇਹਨਾਂ ਦੀ ਗਈ ਸੀ ਜਦੋਂ ਉਦੋਂ 4800 ਕਰੋੜ ਮੈਕਸੀਮਮ ਸੀ ਕਿ 5000 ਕਰੋੜ ਉਦੋਂ ਬਾਅਦ 5400 ਕਰੋੜ ਦਾ ਅਗਲੇ ਸਾਲ ਦਾ ਕਿਉਂਕਿ ਉਹ ਵਿਛੜੀ ਜਾਂਦੀ ਹੈ 5400 ਕਰੋੜ ਦਾ ਐਸਟੀਮੇਟ ਸੀ ਇਹਨਾਂ ਦਾ ਫਿਰ 5800 ਕਰੋੜ ਦਾ ਆਇਆ ਉਦੋਂ ਬਾਅਦ 6000 ਕਰੋੜ ਦਾ ਆਇਆ ਉਦੋਂ ਬਾਅਦ 6200 ਕਰੋੜ ਦਾ ਆਇਆ ਹੁਣ ਐਚ ਕੀ 6700 ਕਰੋੜ ਦਾ ਕਰਦੇ ਨੇ ਵੀ ਐਸਟੀਮੇਟ ਹੋਏਗਾ ਆਮਦਨ ਵੀ ਤਕਰੀਬਨ ਸਵਾਏ ਆ ਕਰੋਨਾ ਕਾਲ 'ਚ ਕੁਛ ਘਟੀ ਹੋਊਗੀ ਅਦਰਵਾਈਜ਼ ਆਮਦਨ ਜਿਵੇਂ ਪਹਿਲਾਂ ਅਕਾਲੀ ਰਾਜ 'ਚ ਵੀ ਅਕਾਲੀ ਬੀਜੇਪੀ 'ਚ ਜਿੰਨਾ ਕੁ ਐਸਟੀਮੇਟ ਹੁੰਦਾ ਉਹਦੇ ਆਲੇ ਦਾਲ ਦੀ ਆਮਦਨ ਹੁੰਦੀ ਠੀਕ ਹੈ ਸਰ ਥੋੜ੍ਹੀ ਕਨੀ ਘੱਟ ਇਹਨਾਂ ਦੀ ਵੀ ਉਹਦੇ ਆਲੇ ਦਾਲ ਦੀ ਆਮਦਨ ਹੁੰਦੀ ਰਹੀ ਹੈ ਇਹੀ ਜੀ ਕੋਈ ਗੱਲ ਨਹੀਂ ਜਦ ਇਹ ਆਏ ਵੀ ਨੇ ਈਵਨ 17 'ਚ ਉਦੋਂ ਵੀ 5400 ਕਰੋੜ ਦਾ ਐਸਟੀਮੇਟ ਸੀ ਚਲੋ ਠੀਕ ਸ਼ਾਇਦ 5400 ਕਰੋੜ ਹੋ ਗਿਆ ਸੀ ਠੀਕ ਹੈ ਬਹੁਤ ਧੰਨਵਾਦ ਕਰਕੇ ਇਹੀ ਜੀ ਗੱਲ ਇਹੀ ਮੈਂ ਕਹਿਣਾ ਵੀ ਇੱਕ ਦੂਜੇ ਦੇ ਸਕੋਰ ਕਰਨ ਦੀ ਵਜ੍ਹਾ ਆਪਾਂ ਐਂ ਸੋਚੀਏ ਵੀ ਗੱਲ ਗੜਬੜ ਕਿੱਥੇ ਆ ਆਪਾਂ ਨੂੰ ਸੁਧਾਰੀਏ ਕਿ ਠੀਕ ਠੀਕ ਹੈ ਡਾਕਟਰ ਗਰ ਬਹੁਤ ਧੰਨਵਾਦ ਤੁਹਾਡਾ ਰੋਪਰ ਸਰ ਤੁਹਾਡਾ ਬਹੁਤ ਧੰਨਵਾਦ ਟਵਾਣਾ ਸਰ ਤੁਹਾਡਾ ਬਹੁਤ ਧੰਨਵਾਦ ਕਲੇਰ ਸਰ ਤੁਹਾਡਾ ਬਹੁਤ ਧੰਨਵਾਦ ਅਸੀਂ ਗੱਲ ਕੀਤੀ ਸੀਗੀ ਮੁੱਦਿਆਂ ਦੇ ਉੱਤੇ ਮੈਨੇਜਮੈਂਟ ਤਾਂ ਨਹੀਂ ਭਾਰੀ ਪੈ ਜੂਗੀ ਪਰ ਮੁੱਦਿਆਂ ਉੱਤੇ ਮੈਨੇਜਮੈਂਟ ਤਾਂ ਹੀ ਭਾਰੀ ਪਊਗੀ ਜਦੋਂ ਅਸਲ ਮੁੱਦਿਆਂ ਤੋਂ ਤੁਸੀਂ ਵਾਕਫ ਨਹੀਂ ਹੋਵੋਗੇ ਮੁੱਦਾ ਬਹੁਤ ਵੱਡਾ ਹੈਗਾ ਮਾਫੀਆ ਦਾ ਜਿਹੜਾ ਵਾਰ ਵਾਰ ਖੜਾ ਕੀਤਾ ਜਾ ਰਿਹਾ ਪਰ ਮਾਫੀਏ ਦੇ ਮੁੱਦੇ ਨੂੰ ਕਿਤੇ ਮੈਨੇਜਮੈਂਟ ਢੱਕ ਤਾਂ ਨਾ ਲਊਗੀ ਇਹ ਸਵਾਲ ਆਪਣੇ ਵਿੱਚ ਵੱਡਾ ਹੈਗਾ ਪੰਜਾਬ ਜੇ ਆਰਥਿਕ ਤੌਰ ਤੇ ਮਜ਼ਬੂਤ ਹੋਊਗਾ ਖੁਸ਼ਹਾਲ ਹੋਊਗਾ ਤਾਂ ਹੀ ਇੱਥੇ ਖੇਤੀ ਸੈਕਟਰ ਜਿਹੜਾ ਪ੍ਰਫੁੱਲਿਤ ਹੋ ਸਕਦਾ ਕਿਸਾਨ ਸੰਘਰਸ਼ ਦੇ ਵਿਚਾਲੇ ਇਹ ਸਵਾਲ ਵੱਡੇ ਪੱਧਰ ਤੇ ਉਠਾਉਣੇ ਚਾਹੀਦੇ ਜੇ ਤੁਸੀਂ ਨਹੀਂ ਚੁੱਕੋਗੇ ਤਾਂ ਤੁਹਾਨੂੰ ਮੈਨੇਜਮੈਂਟ ਕਰਕੇ ਕੁਛ ਨਾ ਕੁਛ ਤੁਹਾਡੇ ਅੱਗੇ ਰੱਖ ਦਿੱਤਾ ਜਾਊਗਾ ਜਦੋਂ ਵੱਡੇ ਵੱਡੇ ਸਲੋਗਨ ਵੱਡੇ ਵੱਡੇ ਨਾਰੇ ਤੁਹਾਡੇ ਅੱਗੇ ਰੱਖ ਦਿੱਤੇ ਗਏ ਤਾਂ ਉਦੋਂ ਤੁਹਾਨੂੰ ਫਿਰ ਸਮਝ ਨਹੀਂ ਆਉਣਾ ਪੰਜਾਬ ਦੇ ਨਾਲ ਕੌਣ ਖੜਾ ਕਿਉਂਕਿ ਇਹ ਤਾਂ ਸਾਰੇ ਕਹਿੰਦੇ ਅਸੀਂ ਪੰਜਾਬ ਦੇ ਨਾਲ ਆ ਪਰ ਪੰਜਾਬ ਨੇ ਇਹ ਸਵਾਲ ਕਰਨਾ ਕਿ ਪੰਜਾਬ ਦੇ ਨਾਲ ਅਸਲ ਵਿੱਚ ਕੌਣ ਖੜਾ ਪਿੰਡਾਂ ਵਿੱਚ ਜਾਓ ਉੱਥੇ ਅਜੇ ਤੀਕਰ ਪੁਰਾਣੇ ਨਾਰੇ ਲਿਖੇ ਹੋਏ ਆ ਅਤੇ ਉਹ ਮੂੰਹ ਚੜਾਉਂਦੇ ਪਏ ਆ ਮੈਨੂੰ ਤਾਂ ਚੜਾਉਂਦੇ ਪਏ ਆ ਤੁਹਾਨੂੰ ਵੀ ਚੜਾਉਂਦੇ ਹੋਣਗੇ ਬਹੁਤ ਧੰਨਵਾਦ